ਮਿਸਸ ਸੀਐਮ ਤੁਹਾਡੇ ਰਿਸ਼ਤੇਦਾਰ ਨੇ ਇਹ ਆਮ ਹੀ ਰੋਜ਼ ਗੱਲ ਹੁੰਦੀ ਐ ਆਫ ਦਾ ਰਿਕਾਰਡ ਹੁੰਦੀ ਸਿੱਧਾ ਤਾਂ ਕੋਈ ਨਹੀਂ ਬੋਲਦਾ ਤੁਹਾਡੀ ਕੀ ਰਿਸ਼ਤੇਦਾਰੀ ਐ ਜੀ ਮੈਡਮ ਗੁਰਪ੍ਰੀਤ ਕੌਰ ਹੋਣਾ ਨਾਲ ਸਾਡੀ ਭਤੀਜੀ ਆ ਗੁਰਪ੍ਰੀਤ ਬੜੇ ਵੱਡੇ ਪਰਿਵਾਰ ਚੋਂ ਹੂੰ 2 400 ਕਿੱਲੇ ਦੇ ਮਾਲਕ ਦੀ ਧੀ ਆ ਵੀ ਜਿਹੜੇ ਗੱਲ ਕਿੰਤੂ ਪਰੰਤੂ ਕਰਦੇ ਰਹਿੰਦੇ ਵੀ ਗੁਰਪ੍ਰੀਤ ਨੇ ਸੈਂਡਲ ਮਹਿੰਗੇ ਪਾਲੇ ਉਹਨੇ ਸੋਨਾ ਪਾ ਲਿਆ ਮੈਂ ਦੱਸਣਾ ਚਾਹੁੰਦਾ ਵੀ ਢਿੰਟੀ ਦੇ ਪਰਿਵਾਰ ਜਿਹੜੇ ਜਿਹੜੇ ਆਮੀ ਪਰਿਵਾਰ ਪੰਜਾਬ ਦੇ ਜਾਂ ਹਰਿਆਣੇ ਦੇ 1400 ਕਿਲੇ ਆਲਾ ਪਰਿਵਾਰ ਬਹੁਤ ਘੱਟ ਹਰਿਆਣੇ ਦੇ ਨੇ ਇਹ ਪਰਿਵਾਰ ਹਰਿਆਣੇ ਦੇ ਬਾੜੇ ਘਰ ਦੀ ਨਹੀਂ ਹੈਗੀ ਵੀ ਜਿਹੜਾ ਕਿਤੇ ਦਿਮਾਗ 'ਚ ਲੋਕਾਂ ਦੇ ਮਹਿਮ ਹੋਵੇ ਉਹ ਇੰਨਾ ਤੇ ਆ ਕੇ ਸੈਂਟਰਲ ਫਾਲ ਹੈ ਇਹ ਬਚਪਨ ਤੋਂ ਹੀ ਬਚਪਨ ਤੋਂ ਹੀ ਪਰਿਵਾਰ ਹੈ ਕੀ ਐਵੇਂ ਆ ਬਚਪਨ ਤੋਂ ਹੀ ਇਹਨਾਂ ਨੂੰ ਲੀਡੇ ਕਪੜੇ ਦਾ ਸੋਨੇ ਦਾ ਛੂਰੂ ਤੋਂ ਸੌਕਿਆ ਤੇ ਵੀ ਇਹ ਪਾ ਸਕਦੇ ਨਾ ਕੋ ਅਫੋਰਡ ਕਰ ਸਕਦੇ ਜਦੋਂ ਮਨ ਟਿਕਟ ਮਿਲਿਆ ਵੀ ਜਿੱਤੇਗਾ ਤਾਂ ਆ ਜੇ ਤੂੰ ਕਿਤੇ ਕੋਈ ਪਾਠ ਪੂਜਾ ਕੀਤੀ ਹੋਈ ਤੇ ਮਹਾਰਾ ਹੁਣ ਤੇ ਮੈਂ ਕੱਟ ਕੀਤੀ ਆ ਪਰ ਲੋਕਾਂ ਦੇ ਆ ਵੀ ਜਿਹੜਾ ਮਾਂ ਪਿਓ ਦਾ 2.5% ਬੱਚੇ ਨੂੰ ਲੱਗਦਾ ਮੈਂ ਮੇਰੀ ਮਾਂ ਬਹੁਤ ਪਾਠ ਕਰਦੀ ਅੱਛਾ ਵੀ ਮੇਰੀ ਮੈਂ ਜੇ ਮੇਰੀ ਮਾਂ ਦਾ ਮੈਨੂੰ 2.5% ਵੀ ਲੱਗਿਆ ਫਿਰ ਮੈਂ ਹਰਦਾ ਨਹੀਂ ਪਰਮਾਤਮਾ ਦਾ ਡਰ ਖੋਫ ਪਰਮਾਤਮਾ ਨਾਲ ਬਿਨਾ ਤੇ ਕੁਝ ਵੀ ਨਹੀਂ ਹੋ ਸਕਦਾ ਜੇ ਅੱਜ ਮੈਂ ਤੁਰਿਆ ਫਿਰਨਾ ਕਿ ਬਾਬਾ ਬੁੱਢਾ ਜੀ ਨੂੰ ਮੰਨਦੇ ਹਾਂ ਬਾਬਾ ਬੁੱਢਾ ਜੀ ਹਮੇਸ਼ਾ ਮੇਰੇ ਦਿਲ ਚ ਰਹਿੰਦਾ ਮੈਂ ਮੈਂ ਅਰਦਾਸ ਕਰਦਾ ਸਾਰਾ ਦਿਨ ਰੱਬ ਤੋਂ ਵੀ ਮੈਂ ਕਿਸੇ ਨਾਲ ਦਿਲ ਨਾ ਦਿਖਾਵਾਂ ਧੱਕਾ ਦੀ ਦਾਲ ਸਾਰੇ ਨਕੀ ਨਾਲ ਸਾਰੇ ਪੰਜਾਬ ਨੇ ਆਪਦਾ ਖੂਨ ਪਸੀਨਾ ਵਹਾ ਕੇ ਬਜ਼ੁਰਗਾਂ ਸਾਡਿਆਂ ਨੇ ਫਿਰ ਕਲੀਦਾਰ ਬਣਾਇਆ ਸੀ ਜਿੱਥੇ ਪਰਿਵਾਰਵਾਦ ਦੀ ਗੱਲ ਸੀ ਕੰਮ ਲੈਣਾ ਸੀ ਸਾਡੇ ਤੋਂ ਲੈਣਾ ਟਿਕ ਟਿਕਟਾਂ ਵਰੀ ਲੀਡਰਾਂ ਦੇ ਮੁੰਡੇ ਆ ਜਾਂਦੇ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਰਿਆਂ ਤੇ ਮੈਂ ਦਿਲੋਂ ਰਿਆਂ ਚਾਹੇ ਮਜੀਠੀਆਂ ਦਾ ਸਾਡੀ ਬਣਦੀ ਸੀ ਨਹੀਂ ਬਣਦੀ ਸੀ ਅੱਛਾ ਰਿਫਲੈਕਟ ਸੀਗਾ ਤੁਹਾਡਾ ਹਾਂਜੀ ਹਾਂਜੀ ਉਹਨੇ ਉਹ ਕਹਿੰਦਾ ਵੀ ਮੇਰਾ ਯਸਮਨ ਬਣ ਕੋਈ ਗੱਲ ਤਾਂ ਮਿਲਣਾ ਬਹਿਸ ਪਿਆ ਇਹ ਮੈਨੂੰ ਕਹਿੰਦਾ ਵਿਕਰਮ ਜੀ ਮੈਨੂੰ ਕਹਿੰਦਾ ਵੀ ਜਿਵੇਂ ਤੈਨੂੰ ਐਮਐਲਏ ਬਣਨਾ ਬੜਾ ਚਾਹ ਨਾ ਵੀ ਤੂੰ ਆ ਨਾ ਮੇਰੇ ਕੋ ਸਵਾ ਸੋ ਸਰਪੰਚ ਆ ਵੀ ਮੈਂ ਐਮਐਲਏ ਬੰਨਾ ਆਂ ਮੈਨੂੰ ਸੀਐਮ ਬਣਨਾ ਬੜਾ ਚਾਹ ਮੇਰੇ ਕੋ 25 ਐਮਐਲਏ ਕਰ ਦੇਣੀ ਪੈ ਸਕਦੀ ਮੈਂ ਮੈਂ ਗੁਰੂ ਘਰ ਵੜ ਕੇ ਕਹੂੰਗਾ ਜੇ ਜਾਂ ਉਹਦੇ ਕੋ ਬੱਚੇ ਦੋਗਾ ਉਹ ਬੜਾ ਹੀ ਤਾਂ ਮੈਂ ਬੜੂਗਾ ਜੀ ਗੱਲ ਹੋਈ ਕਿੱਲੂ ਦਾ ਬੰਦੇ ਅੱਡ ਅੱਡ ਐਸੋਸੀਏਟਡ ਨੇ ਬਿਲਕੁਲ ਬਿਲਕੁਲ ਜਿਵੇਂ ਉਦੋਂ ਐਮ.ਐਲ.ਏ ਸੀਗੇ ਵਿਕਰਮਜੀਤ ਦੇ ਅਲੱਗ ਸੀ ਸੁਬੀਰਜੀ ਕੋਲੇ ਅਲੱਗ ਸੀ ਬਿਲਕੁਲ ਬਿਲਕੁਲ ਅਕਾਲੀ ਗੱਲ ਨੂੰ ਜ਼ਿਆਦਾ ਡਿਗਣ ਵਾਲਾ ਸਭ ਤੋਂ ਵੱਡਾ ਜੇ ਰੋਲ ਆ ਉਹ ਵਿਕਰਮ ਸਿੰਘ ਜੀ ਥੀਆ ਅਕਸਰ ਤੁਸੀਂ ਮਾਝਾ ਮਾਲਵਾ ਤੇ ਦੁਆਬਾ ਦੀ ਗੱਲ ਕਰਦੇ ਹੋ ਜਦੋਂ ਪੰਜਾਬ ਦਾ ਜ਼ਿਕਰ ਆਉਂਦਾ ਹੈ ਤਰਾਸਤੀ ਹੈ ਕਿ ਪਵਾਦ ਨੂੰ ਵਿਸਾਰ ਹੀ ਦਿੱਤਾ ਪਵਾਦ ਦੀ ਚਰਚਾ ਹੀ ਨਹੀਂ ਹੁੰਦੀ ਪਵਾਦ ਦੀ ਗੱਲ ਨਹੀਂ ਹੁੰਦੀ ਦਰਿਆ ਘੱਗਰ ਦੇ ਨਾਲ ਵਸਤੇ ਉਹ ਲੋਕ ਜਿਹੜੇ ਸਰੜੀ ਨੇ ਮਿਹਨਤੀ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤਾਂ ਕਰਕੇ ਇਸ ਧਰਤੀ ਨੂੰ ਹਰਿਆ ਭਰਿਆ ਕੀਤਾ ਕਦੇ ਉਹ ਹੜ੍ਹਾਂ ਦੀ ਮਾਰਚ ਨੇ ਕਦੇ ਮਗਰਲੀਆਂ ਸਰਕਾਰਾਂ ਨੇ ਉਹਨਾਂ ਨਾਲ ਬੇਇਨਸਾਫੀ ਕੀਤੀ ਅੱਜ ਕੱਲ ਪਟਿਆਲਾ ਬਹੁਤ ਚਰਚਾ 'ਚ ਰਹਿੰਦਾ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਪਟਿਆਲਾ ਬਹੁਤ ਇੰਪੋਰਟੈਂਟ ਸਥਾਨ ਰੱਖਦਾ ਹੈ ਮંત્રી ਨੇ ਐਮ ਐਲ ਏ ਸ ਨੇ ਸਾਰਿਆਂ ਦਾ ਆਪਣਾ ਆਪਣਾ ਰਸੂਖ ਹੈ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਇਸ ਹਲਕੇ ਦੇ ਲੋਕਾਂ ਦਾ ਸੁਭਾਅ ਕੈਸਾ ਹੈ ਔਰ ਸਰਕਾਰ ਦਾ ਵਿਜਨ ਕੀ ਹੈ ਬਹੁਤ ਗੱਲਾਂ ਹੋਈਆਂ ਕਿ ਮਗਰ ਲਿਆਨੇ ਕੁਛ ਨਹੀਂ ਕੀਤਾ ਅੱਜ ਪੁੱਛਾਂਗੇ ਕਿ ਤੁਸੀਂ ਦੱਸੋ ਤੁਸੀਂ ਕੀ ਕੀਤਾ ਬਹੁਤ ਸਵਾਗਤ ਹੈ ਪਠਾਨ ਮਾਜਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਅਕਲੀ ਦਲ ਨਾਲ ਇੰਨਾ ਸਾਲ 25 ਸਾਲ ਰਹੇ ਤੇ ਫਿਰ ਸੁਭਾਵੀ ਕਾਲੀਆਂ ਵਰਗਾ ਬਣ ਗਿਆ ਹੁਣ ਆ ਤੁਹਾਡਾ ਬਿਲਕੁਲ ਜਿੱਥੇ ਆਪਾਂ ਰਹੀਏ ਜਿਹੜੀ ਜਮਾਤ ਚ ਰਹੀਏ ਉਹੋ ਜਿਹਾ ਕੁਛ ਨਾ ਕੁਛ ਬੰਦੇ ਦਾ ਸਭਾ ਤੇ ਉਹੋ ਜਿਹਾ ਬਣ ਹੀ ਜਾਂਦਾ ਜਿੱਥੇ ਆਪਦੀ ਬਚਪਨ ਸਮਝ ਲਓ ਕਿ ਜ਼ਿੰਦਗੀ ਦੀ ਸਾਰੀ ਜਿਹੜੀ ਕਮਾਈ ਆਪਾਂ ਉਹ ਕਾਲੀ ਦਲ ਨੂੰ ਦੇ ਦਿੱਤੀ 25 ਸਾਲ ਦਿੱਤੇ 25 ਸਾਲ ਜ਼ਿੰਦਗੀ ਦੇ ਹੁਣ 16 ਦੇ ਐਂਡ 'ਚ ਮੈਂਣ ਕੇ ਕਾਲੀ ਦਲ ਛੱਡਿਆ ਦੁੱਖ ਲੱਗਿਆ ਜਿੱਦਾਂ ਛੱਡਿਆ ਸੀ ਦੁੱਖ ਆਪਾਂ ਕਦੇ ਵੀ ਕਿਸੇ ਚੀਜ਼ ਨੂੰ ਪਾਰਟੀ ਨੂੰ ਛੱਡਣ ਦੇ ਦੁੱਖ ਤੇ ਲੱਗਦਾ ਦੁੱਖ ਤੇ ਅੱਜ ਵੀ ਸਾਨੂੰ ਜਿਹਨੂੰ ਪਾਰਟੀ ਉਹ ਡੁੱਬਦੀ ਦੀਦੀ ਆ ਸਾਨੂੰ ਅੱਜ ਵੀ ਲੱਗਦਾ ਅੱਛਾ ਹਾਂ ਬਿਲਕੁਲ ਸਾਨੂੰ ਸਰਕਾਰ ਚੋਂ ਤੁਸੀਂ ਉਹਨਾਂ ਤੁਹਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਵੀ ਉਹ ਨਹੀਂ ਉਹ ਜਿਹੜੀ ਅਕਾਲੀ ਦਾ ਲੈਣਾ ਉਹ ਇਹਨਾਂ ਦੇ ਪਾਪੇ ਦੀ ਨਹੀਂਗੀ ਇਹ ਲੋਕਾਂ ਦੀ ਆ ਸਾਡੇ ਪਰਿਵਾਰਾਂ ਨੇ ਇਹ ਇਹਦੇ ਵਿੱਚ ਯੋਗਦਾਨ ਦਿੱਤਾ ਕਰੀਦਾ ਜਦੋਂ ਬਣਿਆ ਸੀ 1920 ਚ ਮੇਰੇ ਪੜਦਾਦਾ ਤੁਹਾਡੇ ਪਰਿਵਾਰ ਨੇ ਵੀ ਪੜਦਾਦਾ ਮੇਰੇ ਸਰਦਾਰ ਹਰੀ ਸਿੰਘ ਸੀ ਉਹਨਾਂ ਨੇ ਬਹੁਤ ਵੱਡਾ ਉਦੋਂ 10000 ਰੁਪਇਆ ਮੈਨੇ ਰਖਦਾ ਸੀ ਅਸੀਂ 10000 ਰੁਪਇਆ 1920 ਚ 1920 ਚ ਦਿੱਤੀ ਸੀ ਸਾਡੇ ਕੋਲ ਰਸੀਦ ਸੀ ਜਿਹੜੀ ਮੈਂ ਬਾਦਲ ਸਾਹਿਬ ਨੂੰ 12 ਚ ਜਦੋਂ ਉਹਨਾਂ ਨੇ ਟਿਕਟ ਸੰਧੂ ਨੂੰ ਦਿੱਤੀ ਸੀ ਤੀਜੰਦਰਪਾਲ ਨੂੰ ਉਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਬੜਾ ਵੱਡਾ ਯੋਗਦਾਨ ਆ ਸੰਧੂ ਪਰਿਵਾਰ ਦਾ ਚਲੋ ਹੈਗਾ ਵਿਯਪਰ ਮੈਂ ਉਹਨਾਂ ਨੂੰ ਜਾ ਕੇ ਰਸੀਦ ਦਿੱਤੀ ਮੈਂ ਵੀ ਬਾਦਲ ਸਾਹਿਬ ਸਹਤ ਇਨੀ ਕਿ ਕੋਈ ਦਿਹਰਾਤ ਨਾ ਵੇ ਜਿੰਨੀ ਸਾਡੇ ਬਜ਼ੁਰਗਾਂ ਨੇ ਡੋਨੇਸ਼ਨ ਦਿੱਤੀ ਸੀ ਅਕਾਲੀ ਦਲ ਵਾਸਤੇ ਅਕਾਲੀ ਦਲ ਵਾਸਤੇ ਤੇ ਵੀ ਉਹ ਤੁਸੀਂ ਯੋਗਦਾਨ ਵਾਲੀ ਗੱਲ ਉਹ ਸਾਡਾ ਵੀ ਬਹੁਤ ਆ। ਮਤਲਬ ਟਕਸਾਲੀ ਅਕਾਲੀ ਜੀ ਨੂੰ ਕਹਿ ਲਾਂਗੇ ਉਹ ਤੁਹਾਡਾ ਪਰਿਵਾਰ ਸੀ। ਹੁਣ ਉਹਦੇ 'ਚ ਇਹ ਕਿਸੇ ਅਸੀਂ ਜੇ ਮੈਂ ਫਰਜ਼ ਕਰوں ਪ੍ਰਧਾਨ ਬਣ ਗਿਆ ਤੇ ਮੈਂ ਕਬਜ ਹੋ ਗਿਆ ਉਹ ਗੱਲ ਨਹੀਂ ਹੈ ਕਿ ਅਕਾਲੀ ਦਲ ਸਾਰੇ ਦਾ ਅਕਾਲੀ ਦਲ ਸੀ। ਸਾਰੇ ਪੰਜਾਬ ਨੇ ਆਪਦਾ ਖੂਨ ਪਸੀਨਾ ਵਹਾ ਕੇ ਬਜ਼ੁਰਗਾਂ ਸਾਡਿਆਂ ਨੇ ਫਿਰ ਅਕਾਲੀ ਦਲ ਬਣਾਇਆ ਸੀ। ਕੋ ਅਕਾਲੀ ਦਲ ਰਹਿਵੇਂ ਨਹੀਂ ਬਣ ਗਿਆ ਅਕਾਲੀ ਦਲ ਨੇ ਸ਼ਾਦਦਾਂ ਦਿੱਤੀਆਂ ਬਹੁਤ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਇਹਦੇ ਵਿੱਚ ਨਿਕਲ ਗਏ ਆ। ਤੇ ਪੇਰੇ ਕਾਲੀ ਦਲ ਬਣਿਆ ਫਿਰ ਕਾਲੀ ਦਲ ਪਰ ਇਹ ਵੱਡਾ ਦਿਲ ਨਾਲ ਸਟੇਟਮੈਂਟ ਦੇ ਰਹੇ ਹੋ ਤੁਸੀਂ ਵੀ ਡੁੱਬਦੀ ਹੋਈ ਹੈ ਤਾਂ ਤੁਹਾਨੂੰ ਦੁੱਖ ਹੈ ਕਿ ਵੀ ਅਜ ਕਾਲੀ ਦਲ ਡੁੱਬ ਗਿਆ ਮੈਨੂੰ ਨਹੀਂ ਕੱਲੇ ਨੂੰ ਜੇ ਚਾਹੇ ਉਹ ਕੋਈ ਵੀ ਆ ਚਾਹੇ ਅੱਜ ਆਮ ਆਦਮੀ ਪਾਰਟੀ ਚ ਸਾਰੇ ਆ ਇਹਨਾਂ ਚੋਂ 90% 70 ਜਿਹੜੇ ਉਹ ਕਾਲੀ ਦਲ ਦੇ ਵਿੱਚੋਂ ਹੀ ਆਏ ਆ ਹਰ ਇੱਕ ਬੰਦਾ ਕਾਲੀ ਦਲ ਨਾਲ ਪਿਆਰ ਰੱਖਦਾ ਸੀ ਹੁਣ ਉੱਥੇ ਪਰਿਵਾਰਵਾਦ ਜਦੋਂ ਚੱਲ ਗਿਆ ਫਿਰ ਕਾਲੀ ਦਲ ਚ ਹੌਲੀ-ਹੌਲੀ ਟਾਹਣੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਅੱਜ ਦਰਖਤ ਕੱਲਾ ਰਹਿ ਗਿਆ ਟਾਹਣੀਆਂ ਕੋਈ ਨਹੀਂ ਰਹੀ ਰੋਡਾ ਹੋ ਗਿਆ ਜਿੱਥੇ ਪਰਿਵਾਰਵਾਦ ਦੀ ਗੱਲ ਸੀ ਕੰਮ ਲੈਣਾ ਸੀ ਸਾਡੇ ਤੋਂ ਲੈਣਾ ਤੇ ਟਿਕਟਾਂ ਵਰੀ ਲੀਡਰਾਂ ਦੇ ਮੁੰਡੇ ਆ ਜਾਣੇ ਉਹ ਜਿਹੜੀ ਚੀਜ਼ ਸੀ ਉਹ ਨਾ ਫਿਰ ਅਕਾਲੀ ਦਲ ਹਮੇਸ਼ਾ ਹੀ ਤੁਸੀਂ ਪੇਪਰ ਦੀ ਤਿਆਰੀ ਤੁਸੀਂ ਕਰਦੇ ਹੋ ਬਾਹ ਦੇਣ ਮੈਨੂੰ ਉਹਦਾ ਰਿਜ਼ਲਟ ਫਿਰ ਤੁਹਾਨੂੰ ਪਤਾ ਹੀ ਹੈ ਕੀ ਬਣਨਾ ਇਹ ਸੋਚਦੇ ਸੀ ਵੀ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਇਧਰੋਂ ਆ ਕੇ ਟਿਕਟ ਲਈ ਜਿੱਤੇ ਵੀ ਤੁਸੀਂ ਬਿਲਕੁਲ ਮੈਂ ਪਿਛਲੀ ਵਰੀ ਆਜ਼ਾਦ ਵਧੀਆ ਵੋਟ ਲੈ ਕੇ ਗਿਆ ਪਿਛਲੀ ਵਰੀ ਮੈਨੂੰ ਸਖਬੀਰ ਬਾਦਲ ਨੇ ਕਿਹਾ ਜਦੋਂ 12 ਚ ਮੇਰੀ ਟਿਕਟ ਕੱਟੀ ਆ ਹੂੰ ਵੀ ਤੈਨੂੰ ਮੈਂ ਟਿਕਟ ਵੀ ਦਊਂਗਾ ਤੇ ਮੈਂ ਤੈਨੂੰ ਚੇਅਰਮੈਨ ਵੀ ਦਊਂਗਾ ਅਗਲੀ ਵਰੀ 17 ਚ ਵੀ ਤੂੰ ਕੰਮ ਕਰ ਮੈਂ ਦਿਲੋਂ ਕੰਮ ਕੀਤਾ ਮੈਂ ਮਹਾਰਾਜ ਨੂੰ ਮੰਨਦਾ ਨਾ ਮੈਂ ਜਿੱਧਰਾਂ ਵੀ ਚੱਲਿਆ ਦਿਲੋਂ ਚੱਲਿਆ ਮੈਂ ਕਦੀ ਫਾਰਮੈਲਟੀ ਨਹੀਂ ਕੀਤੀ ਹੂੰ ਜੇ ਮੈਂ ਸਰਦਾਰ ਸਖਬੀਰ ਸਿੰਘ ਬਾਦਲ ਨਾ ਰਿਆਂ ਤੇ ਮੈਂ ਦਿਲੋਂ ਰਿਆਂ ਚਾਹੇ ਮਜੀਠੀਆ ਨਾਲ ਸਾਡੀ ਬਣਦੀ ਸੀ ਨਹੀਂ ਬਣਦੀ ਸੀ ਅੱਛਾ ਕਨਫਲਿਕਟ ਸੀਗਾ ਤੁਹਾਡਾ ਹਾਂਜੀ ਹਾਂਜੀ ਉਹਨੇ ਉਹ ਕਹਿਣਾ ਦਾ ਵੀ ਮੇਰਾ ਯਸਮੈਨ ਬਣਾ ਏ ਕੋਣ ਵਜੀਠੀਆ ਤੇ ਮੈਂ ਯਸਮਨ ਰਿਆਂ ਸਰਦਾਰ ਸੁਖਵੀਰ ਸਿੰਘ ਬਾਰਬਲ ਦਾ ਜਨ ਅਕਰ ਕਾਲੀਦਲ ਚਰਿਆ ਇਸ ਕੱਲ ਦਾ ਵੀ ਪ੍ਰੋਬਲਮ ਹੁਣ ਤਾਂ ਬਹੁਤ ਸਾਰੀਆਂ ਚਰਚਾ ਮੈਂ 10 ਸਾਲ ਪਹਿਲਾਂ ਵੀ ਇਹ ਕਨਫਲਿਕਟ ਮੈਂ ਮੈਂ ਦੱਸਦਾ ਜੀ ਮੈਂ ਬਾਬੇ ਬੁੱਢੇ ਨੂੰ ਮੰਨਦਾ ਬਾਬੇ ਬੁੱਢੇ ਦੀ ਕਸਮ ਖਾ ਕੇ ਕਹਿ ਸਕਦਾ ਮੇਰੇ ਤੋਂ ਵੀਡੀਓ ਵਾਲਾ ਇਸ਼ੂ ਬਣ ਗਿਆ ਵੀਡੀਓ ਦੇ ਇਸ਼ੂ ਤੋਂ ਬਾਅਦ ਅਸੀਂ ਇਹਦੇ ਘਰੇ ਗਏ ਇਹ ਕਿਸੇ ਗੱਲ ਤਾਂ ਮੇਰੇ ਨਾਲ ਬਹਿਸ ਪਿਆ ਇਹ ਮੈਨੂੰ ਕਹਿੰਦਾ ਬਿਕਰਮਜੀਤ ਮੈਨੂੰ ਕਹਿੰਦਾ ਵੀ ਜਿਵੇਂ ਤੈਨੂੰ ਐਮਐਲਏ ਬਣਦਾ ਬੜਾ ਚਾਹ ਨਾ ਵੀ ਤੂੰ ਆਣਾ ਮੇਰੇ ਕੋ ਸਵਾ 100 ਸਰਪੰਚਾ ਵੀ ਮੈਂ ਐਮਐਲਏ ਬੰਨਾਂ ਆਂਦਾ ਮੈਨੂੰ ਸੀਐਮ ਬਣਦਾ ਬੜਾ ਚਾਹ ਮੇਰੇ ਕੋ 25 ਐਮਐਲਏ ਮੈਂ ਮਹਾਰਾਜ ਦੀ ਕਸਮ ਖਾ ਕੇ ਕਹਿੰਦਾ ਇਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਸੀ ਤਕਰੀਬਨ 2008-09 ਦੀਆਂ ਗੱਲਾਂ ਐ ਗੱਲ ਦੇਣੀ ਪੈ ਸਕਦੀ ਮੈਂ ਮੈਂ ਗੁਰੂ ਘਰ ਵੜ ਕੇ ਕਹੂੰਗਾ ਜੇ ਜਾਂ ਉਹ ਕੋ ਬੱਚੇ ਦੋ ਆ ਉਹ ਵੜੇ ਤਾਂ ਮੈਂ ਵੜੂੰਗਾ ਜੀ ਗੱਲ ਹੋਈ ਕਿ ਨਹੀਂ ਹੋਈ ਮੇਰੇ ਨਾਲ ਬੰਦੇ ਸੀ ਮੈਂ ਗੱਲ ਅਸਲੀਅਤ ਕਰੂੰਗਾ ਚਲੋ ਮੈਂ ਪਰ ਅਸੀਂ ਉਹ ਗੱਲ ਕਿਉਂ ਨਹੀਂ ਕਰ ਸਕਦੇ ਵੀ ਉਹਨਾਂ ਦੀ ਬੜੀ ਗੂੜੀ ਰਿਸ਼ਤੇਦਾਰੀ ਹੈ ਬਾਦਲ ਸਾਹਿਬ ਦੀ ਟੀਮ ਮਤਲਬ ਬੰਦੇ ਅਡ ਅਡ ਐਸੋਸੀਏਟਿਡ ਨੇ ਬਿਲਕੁਲ ਬਿਲਕੁਲ ਜਿਹੜਾ ਉਦੋਂ ਐਮ.ਐਲ.ਏ ਸੀਗੇ ਵਿਕਰਮਜੀਤ ਦੇ ਅਲੱਗ ਸੀ ਸੁਖਬੀਰ ਜੀ ਕੋਲੇ ਅਲੱਗ ਸੀ ਬਿਲਕੁਲ ਬਿਲਕੁਲ ਤੁਸੀਂ ਸੁਖਬੀਰ ਜੀ ਦੀ ਟੀਮ ਵਿੱਚ ਅਸੀਂ ਸੁਖਬੀਰ ਜੀ ਦੀ ਟੀਮ ਸਾਂ ਮੈਂ ਇੱਕ ਤਨੁਦਾਰਾਂ ਕਾਲੀ ਦਲ ਨੂੰ ਜ਼ਿਆਦਾ ਡਿੱਗਣ ਵਾਲਾ ਸਭ ਤੋਂ ਵੱਡਾ ਜੇ ਰੋਲ ਆ ਉਹ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਜੋ ਇਹਦਾ ਸਾਹਲ ਹਾਲਾਤ ਕੀਤੇ ਉੱਥੇ ਨਾ ਫਰਕ ਹੁੰਦਾ ਸੀ ਵੀ ਇਹ ਬਿਕਰਮ ਦਾ ਬੰਦਾ ਆ ਇਹ ਸੁਖਵੀਰ ਜੀ ਦਾ ਬੰਦਾ ਇਹ ਵੱਡੇ ਬਾਲਰ ਸਾਹਿਬ ਦਾ ਬੰਦਾ ਉੱਥੇ ਹਰ ਇੱਕ ਥਾਂ ਤੋਲ ਮੋਲ ਹੁੰਦਾ ਸੀ ਜੇ ਕਿਤੇ ਜਿੰਨਾ ਵਰਕ ਕਾਲੀਦਲ ਦਾ ਜਿਹੜਾ ਵਰਕਰ ਆ ਕਰ ਸਕਦਾ ਆ ਕਿਸੇ ਵੀ ਪਾਰਟੀ ਚ ਨਹੀਂ ਸੀ ਜਾਂ ਹੁਣ ਮੈਂ ਆਮ ਆਦਮੀ ਪਾਰਟੀ ਦੇਖਿਆ ਵੀ ਡੁੱਬਦੀ ਬੇੜੀ ਨੂੰ ਜੇ ਤਾਰ ਸਕਦੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਹੋਣ ਜਿਹੜੇ ਹੁਣ ਹੈਗਾ ਗਰਾਊਂਡ ਤੇ ਵਰਕਰ ਹੈਗੇ ਬਹੁਤ ਬਹੁਤ ਆਮ ਆਦਮੀ ਪਾਰਟੀ ਬਾਰੇ ਤੁਹਾਡੇ ਬਾਰੇ ਤਾਂ ਇਹ ਚਰਚਾਵਾਂ ਨੇ ਕਿ ਲਹਿਰ ਚ ਬਣ ਗਏ ਗਰਾਊਂਡ ਤੇ ਇਹਨਾਂ ਕੋਲੇ ਵਰਕਰ ਹੈ ਨਹੀਂਗਾ ਨਹੀਂ 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 ਸਾਰਾ ਕੁਝ ਹੈਗਾ ਹੁਣ ਅਸਲ ਕੀ ਆ ਬਈ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੰਨੇ ਕੁ ਟ੍ਰੈਂਡ ਕਰ ਚੁੱਕੀ ਆ ਆਪਣੇ ਵਰਕਰਾਂ ਨੂੰ ਜਿਹੜੇ ਜਿਹੜੇ ਦੇ ਬੰਦੇ ਵਰਕਰ ਖੋਸ਼ ਆ ਉਹ ਸਾਰੇ ਬੰਦੇ ਐਰਕੀਸ ਮੈਂ ਫੇਰ ਜਿੱਤਿਆ ਮੈਂ ਮੈਂ ਵੀ ਜਿੱਤਿਆ ਚੇਤਨ ਵੀ ਜਿੱਤਿਆ ਆ ਜੋੜਾ ਮਾਜਰਾ ਮੰਤਰੀ ਸਾਡੇ ਜਿਹੜੇ ਆ ਤੇ ਕਲਵੰਤ ਬਾਜੀਗਰ ਜਿੱਤੇ ਨੇ ਤੇ ਡਾਕਟਰ ਬਲਵੀਰ ਵੀ ਜਿੱਤੇ ਨੇ ਅਸੀਂ ਚਾਰ ਹਲਕੇ ਆਪਦੇ ਜਿੱਤੇ ਆ ਜਿਵੇਂ ਕੁਝ ਲੋਕਾਂ ਚ ਕਰਦੇ ਤਾਂ ਹੀ ਜਿੱਤੇ ਆ ਨਾ ਤੇ ਦੂਜਾ ਨੰਬਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਲੋਕ ਆ ਉਹਨਾਂ ਦੇ ਦਿਮਾਗ 'ਚ ਸੀ ਵੀ ਡਾਕਟਰ ਸ਼ੈਤ ਬਈ ਡਾਕਟਰ ਦੀ ਆਮ ਆਦਮੀ ਪਾਰਟੀ ਲੋਕਾਂ ਦੇ ਦਿਮਾਗ 'ਚ ਜੇ ਵੀ ਸੀ ਤੇ ਉਹ ਉਹਦੇ ਕਰਕੇ ਉਹ ਜਿੱਤਿਆ ਨਹੀਂ ਡਾਕਟਰ ਬਲਵੀਰ ਜਿੱਤਦਾ ਆਮ ਆਦਮੀ ਪਾਰਟੀ ਔਲੇ ਉਹਨਾਂ ਵੀ ਪਿਆਰ ਰੱਖਦੇ ਪੁਰਾਣੇ ਹੂੰ ਇਸ ਕਰਕੇ ਉਹ ਕਾਂਗਰਸ ਕਦੇ ਵੀ ਅਸੀਂ ਜਿੱਤੇ ਬਿਲਕੁਲ ਨਹੀਂ ਉਹ ਡਾਕਟਰ ਗਾਂਧੀ ਜਿੱਤਿਆ ਕਾਂਗਰਸ ਨਹੀਂ ਜਿੱਤੀ ਕਾਂਗਰਸ ਨਹੀਂ ਜਿੱਤੀ ਥੋੜਾ ਜਿਆ ਜ਼ੋਰ ਲਾ ਦਿੰਦੇ ਤੁਸੀਂ 5-7000 ਵੋਟ ਹੋਰ ਕਿਤੇ ਖਿੱਚ ਕੇ ਲੈ ਜਾਂਦੇ ਤੇ ਕੰਮ ਬਣ ਗਿਆ ਅਸੀਂ ਸਾਰਾ ਲਾਇਆ ਬਾਕੀ ਮੁਕੱਦਰ ਹੁੰਦੇ ਨਾ ਜਿਹੜੇ ਬੰਦੇ ਦਾ ਮੁਕੱਦਰਾਂ ਮੁਕੱਦਰ ਹਰ ਇੱਕ ਬੰਦੇ ਨੂੰ ਅ ਕੋਸ਼ਿਸ਼ ਕਰਨ ਵੀ ਲਾਉਣਾ ਤੇ ਡਾਊਨ ਕਰਨ ਵੀ ਲਾਉਣਾ ਤੁਸੀਂ ਮੁਕੱਦਰ ਕਰਕੇ ਜਿੱਤਦੇ ਹੋ ਤੁਸੀਂ ਐਮਐਲਏ ਅਸੀਂ ਅਸੀਂ ਮੁਕੱਦਰਾਂ ਤੋਂ ਬਿਨਾ ਤੇ ਬੰਦਾ ਜਿੱਤੇ ਨਹੀਂ ਸਕਦਾ ਮਹਾਰਾਜ ਦੀ ਓਟ ਆਸਰਾ ਹੋਵੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੇਰੇ ਕੋਈ ਬਰਨਾ ਗੱਲ ਕੀਤੀ ਕੇ ਨੇ ਜਦੋਂ ਮੈਨੂੰ ਟਿਕਟ ਮਿਲੀ ਆ ਵੀ ਜਿੱਤੇਗਾ ਤਾਂ ਜਿੱਤੂ ਕਿਤੇ ਕੋਈ ਪਾਠ ਪੂਜਾ ਕੀਤੀ ਹੋਈ ਤੇ ਮਹਾਜਰ ਹੁਣ ਤੇ ਮੈਂ ਕੱਟ ਕੀਤੀ ਆ ਪਰ ਲੋਕ ਕਹਿੰਦੇ ਆ ਵੀ ਜਿਹੜਾ ਮਾਪਿਓ ਦਾ 2.5% ਉਹ ਬੱਚੇ ਨੂੰ ਲੱਗਦਾ ਮੈਂ ਮੇਰੀ ਮਾਂ ਬਹੁਤ ਪਾਠ ਕਰਦੀ ਆ ਅੱਛਾ ਵੀ ਮੇਰੀ ਮਾਂ ਜੇ ਮੇਰੀ ਮਾਂ ਦਾ ਮੈਨੂੰ 2.5% ਵੀ ਲੱਗਾ ਫਿਰ ਮੈਂ ਹਰਦਾ ਨਹੀਂ ਥੋੜਾ ਪਛੋਕੜ ਮਾਝੇ ਦਾ ਸਾਡਾ ਸੁਰ ਸਿੰਘ ਪਿੰਡ ਹੈ ਜੀ ਪਿਛਲਾ ਸੁਰ ਸਿੰਘ ਹਾਂ ਜੀ ਹਾਂ ਜੀ ਇਹ ਜਿਹੜਾ ਪਿੰਡ ਸੁਰ ਸਿੰਘ ਸਭ ਤੋਂ ਵੱਡਾ ਪੰਜਾਬ ਦਾ ਪਿੰਡ ਮੰਨਿਆ ਗਿਆ 12 ਪੱਤੀਆਂ ਉੱਤੇ ਉਹ ਚੋਂ ਬਹੁਤ ਪਿੰਡ ਹੁਣ ਤੇ ਨਿਕਲ ਗਿਆ ਜਿਹੜੇ ਪਿੰਡ ਅਜ ਸੁਰ ਸਿੰਘ ਦੀ ਹਾਦਚੋ ਬਾਹਰ ਹੋ ਗਿਆ ਜਿਹੜੇ ਜਦੋਂ 1920 ਚ ਅਕਾਲੀ ਦਲ ਵੇਲੇ ਡੋਨੇਸ਼ਨ ਦਿੱਤੀ ਔਰ ਤੁਹਾਡੇ ਫਾਊਂਡਰ ਮੈਂਬਰਾਂ ਚੋਂ ਇੱਕ ਸੀ ਤੁਹਾਡੇ ਦਾਦਾ ਜੀ ਹਾਂਜੀ 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 ਉਦੋਂ ਤੁਸੀਂ ਉੱਥੋਂ ਉਦੋਂ ਮਾਝੇ ਚ ਰਹਿੰਦੇ ਸੀ ਉਦੋਂ ਉਦੋਂ ਮਾਝੇ ਸੀ ਉਦੋਂ ਉਹ ਲਾਹੌਰ ਚ ਪੈਂਦਾ ਹੇ ਅੱਛਾ ਲਾਹੌਰ ਚ ਪੈਂਦਾ ਸੀ ਉਦੋਂ ਲਾਹੌਰ ਚ ਪੱਟੀ ਤਹਿਸੀਲ ਸਾਰੀ ਲਾਹੌਰ ਚ ਹੁੰਦੀ ਸੀ ਉਦੋਂ ਬਾਅਦ ਜਦੋਂ ਵੰਡ ਹੋਈ ਆ ਵੰਡ ਹੋਈ ਫਿਰ ਅੰਬਰਸਰ ਚ ਆ ਗਏ ਅਮਰ ਤਰੰਤਾਰ ਦੇ ਹੁਣ ਬਣਿਆ ਥੋੜਾ ਚੋੜਾ ਤੁਹਾਨੂੰ ਲੋਹਰੀਏ ਹੁਣ ਤੇ ਮਾਨ ਹੈ ਨਹੀਂ 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 ਸਾਨੂੰ ਸੁਰਸਿੰਘੀ ਹੁਣ ਤੇ ਮਾਨ ਆ ਹਾਂ ਅਹੀਂ ਆਪਣੇ ਆਪ ਨੂੰ ਸੁਰਸਿੰਘੀ ਕਹਿੰਦੇ ਸਾਡੇ ਮੈਂ ਮਲੋਟਦਾ ਤਾਂ ਸਾਡੇ ਲੋਹਰੀਏ ਲੋਹਰੀਏ ਵੀ ਕਹਿ ਸਕਦੇ ਆ ਸਾਡੇ ਇੱਕ ਮਾਲਵੇ ਚ ਮਾਝਾ ਵਸਦਾ ਜਿੰਨੇ ਸਰਾਵਾ ਬੋਦਲਾਂ ਦੇ ਨੇੜੇ ਪਿੰਡ ਆ ਉੱਥੇ ਲੋਹਰੀਏ ਆ ਕੇ ਵਸੇ ਬਹੁਤ ਹਾਂਜੀ 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 ਤਾਂ ਉਹ ਆਪਦੇ ਆਪ ਨੂੰ ਪਾਉ ਦੱਸਦੇ ਕਿ ਅਸੀਂ ਪਾਉਾਂ ਦੇ ਸਾਡੇ ਵੀ ਪਾਉਾਂ ਪਾਉ ਦੱਸਦੇ ਅਸੀਂ ਪਾਉਾਂ ਚ ਵੀ ਨਾ ਫਰਕ ਰੱਖ ਰੱਖਦੇ ਸਾਡੇ ਵਾਲੇ ਬੰਦੇ ਉਹ ਕਿਵੇਂ ਜਿਵੇਂ ਜਿਹੜੇ ਪਾਕਿਸਤਾਨੋਂ ਆਏ ਆ ਉਹ ਆਪਣੇ ਆਪਣੇ ਰਫੂਜੀ ਕਹਿੰਦੇ ਆ ਹਾਂ ਅਸੀਂ ਰਫੂਜੀ ਨਹੀਂ ਕਹਿ ਸਕਦੇ ਅਸੀਂ ਪਹਿਲੋਂ ਹੀ ਇੱਥੇ ਅਸੀਂ ਪੁਰਾਣੇ ਆ ਵੀ ਅਸੀਂ ਵੰਡ ਚ ਪਾਕਿਸਤਾਨੋਂ ਨਹੀਂ ਉੱਟ ਕੇ ਆਏ ਅਸੀਂ ਇੱਥੇ ਸਾਡਾ ਇਹ ਤਰ੍ਹਾਂ ਸੁਰਸਿੰਘ ਪਿੰਡ ਸੀ ਅਸੀਂ ਬਾਅਦ ਚਾਏ 1960 ਜਦੋਂ ਪਟਿਆਲੇ ਆਈ ਪਿੰਡ ਪਠਾਨਮਾਇਰ ਦੇ ਵਿੱਚ ਆਏ ਮੇਰੇ ਦਾਦਾ ਸਰਦਾਰ ਹਰਚੰਦ ਸਿੰਘ ਜੀ ਉੱਥੇ ਚੇਅਰਮੈਨ ਰਹੇ ਨੇ ਸੁਰਸਿੰਘ ਪਿੰਡ ਦੇ ਸਰਪੰਚ ਰਹੇ ਬਾਬਾ ਸੋਹਣ ਸਿੰਘ ਨਾਲ ਪੱਗ ਵਟਾਈ ਸੀ ਮੇਰੇ ਦਾਦਾ ਜੀ ਨੇ ਚਾ ਬਣੇ ਸੀ ਅੰਬਰਸਰ ਦੇ ਪ੍ਰਧਾਨ ਪ੍ਰਧਾਨ ਰਹੇ ਨੇ ਕਾਂਗਰਸ ਚ ਫਿਰ ਕੈਰੋਂ ਸਾਹਿਬ ਨੇ ਮੇਰੇ ਦਾਦਾ ਜੀ ਨੂੰ ਆਪਣਾ ਬੇਟਾ ਬਣਾਇਆ ਫਿਰ ਉਹ ਇਸ ਪਰਿਵਾਰ ਦੇ ਨਾਲ ਹੀ ਰਹੇ ਨੇ ਫਿਰ ਜਿਹੜੀ ਸਾਨੂੰ ਜ਼ਮੀਨ ਦਵਾਈ ਇੱਥੇ ਕੈਰੋਂ ਸਾਹਿਬ ਨੇ ਸਾਨੂੰ ਚੰਗੇ ਸਬੰਧ ਸੀ ਤੁਹਾਡੇ ਉਹ ਇਸ ਇਲਾਕੇ ਦੇ ਕੀ ਹਾਲ ਜਦੋਂ ਤੁਸੀਂ ਆਏ ਤੁਹਾਡਾ ਪ੍ਰਵਾਹ ਉਹ ਬਹੁਤ ਜੰਗਲ ਸੀ ਸਾਰਾ ਅਸੀਂ ਉਦੋਂ ਫਿਰ 1960 ਤੋਂ ਟਰੈਕਟਰ ਮਗਾਏ ਬਾਹਰੋਂ ਯੂਟਸ ਟਰੈਕਟਰ ਇੱਕ ਮੈਸੀ ਸੀ ਤੇ ਜੀ ਪਾਚ ਪਾਉ ਉਹ ਇੱਥੇ ਆਣ ਕੇ ਸਾਰਾ ਕੁਝ ਮੰਗਵਾਇਆ ਸੀ ਆਪਾਈ ਕੀਤੀ ਆ ਸਾਡੇ ਪਰਿਵਾਰ ਸਾਡੇ ਮੇਰੇ ਦਾਦੇ ਦੇ ਮਾਮੇ ਦੇ ਬੇਟੇ ਸੀ ਬਾਪੂ ਨਾਜਰ ਸਿੰਘ ਹਣੀ ਸਭ ਤੋਂ ਪਹਿਲਾਂ ਉਹ ਆਏ ਇੱਥੇ ਉਹਨਾਂ ਨੇ ਆਣ ਕੇ ਉਹਨਾਂ ਦੇ ਬੇਟੇ ਸੀ 8 ਬੇਟੇ ਤੇ ਉਹਨਾਂ ਨੇ ਆਣ ਕੇ ਤਾਂ ਇੰਦਰ ਸਿੰਘ ਉਹਨਾਂ ਨੇ ਸਾਰਿਆਂ ਨੇ ਤਾਂ ਇਹ ਸਵਰਨਣੀ ਅੱਜ ਤਹੈ ਨਹੀਂ ਕਿ ਦੁਨੀਆ ਚ ਪਰ ਉਹਨਾਂ ਨੇ ਆਣ ਕੇ ਬਹੁਤ ਮਿਹਨਤ ਕੀਤੀ ਥੋੜਾ ਇਲਾਕੇ ਦਾ ਸਮਝਾਓ ਕਿਉਂਕਿ ਦੇਵੀਗੜ੍ਹ ਹੈ ਬਾਕੀ ਇਲਾਕਾ ਪੁਆਦ ਦੀ ਲੋਕ ਨੇ ਪੁਆਦ ਦੀ ਬੋਲੀ ਸਾਡੇ ਨਾਲ 6 ਭਾਸ਼ਾ ਹੈ ਮੇਰੇ ਹਲਕੇ ਦੇ ਵਿੱਚ 6 ਭਾਸ਼ਾ ਨਹੀਂ ਪਵਾਦੀ ਵੀ ਹੈਗੇ ਆ ਦੁਆਬੀ ਵੀ ਹੈਗੇ ਆ ਪਾਕਿਸਤਾਨੀਆ ਦੀ ਵੱਖਰੀ ਭਾਸ਼ਾ ਭਗੂਆਂ ਦੀ ਵੱਖਰੀ ਆ ਰੋਪੜਾ ਦੀ ਵੱਖਰੀ ਆ ਬਾਵਲਪੁਰੀਆ ਦੀ ਵੱਖਰੀ ਆ 6 ਭਾਸ਼ਾ ਰਲ ਜਾਂਦੀਆਂ ਤੇ ਜਿਵੇਂ ਲੋਕਲ ਆਿੰਦੇ ਵੀ ਥਾਰਾ ਮਰਾਲਾ ਉਹ ਵੀ ਹੈਗਾ ਉਹ ਪਗਾਂ ਚ ਆ ਜਾਂਦੇ ਆ ਸਾਡੇ ਨਾਲ ਜੋ ਪੜਦੇ ਸੀ ਉਹਦੇ ਚ ਜ਼ਿਆਦਾ ਉਹ ਉਹ ਪੜਦੇ ਸੀ ਅਸੀਂ ਉਹਨਾਂ ਦੀ ਬੋਲੀ ਨਹੀਂ ਗਈ ਅਸੀਂ ਉਹਨਾਂ ਨੂੰ ਆਪਣੀ ਬੋਲੀ ਸਿਖਾ ਦਿੱਤੀ ਹੌਲੀ ਹੌਲੀ ਸਿਖਾ ਦਿੱਤੀ ਸਿਖਾ ਦਿੱਤੇ ਹੁਣ ਉਹ ਕਾਫੀ ਹੁਣ ਪਵਾਦ ਛੱਡ ਕੇ ਆਲਮੋਸਟ ਸਾਡੇ ਵਾਂਗੂ ਬੋਲਣ ਲੱਗ ਪਏ ਹੁਣ ਤੁਸੀਂ ਆਪਦੇ ਨੂੰ ਮਲਵਾਈ ਦੱਸਦੇ ਹੋ ਕਿ ਮਾਝੇ ਵਾਲੇ ਦੱਸਦੇ ਨੇ ਹਾਂ ਨਹੀਂ ਹਾਂ ਨਾ ਹੁਣ ਜਿਹਦੇ ਤੇ ਹੀ ਅੰਬਰਸਰ ਜਾਂਦੇ ਆ ਹਾਂ ਉਹ ਸਾਨੂੰ ਪਟਿਆਲੇ ਵਾਲੇ ਰੱਖਦੇ ਆ ਤੇ ਜਦੋਂ ਅਸੀਂ ਪਟਿਆਲੇ ਆਏ ਨੇ ਫਿਰ ਸਾਨੂੰ ਪਾਉ ਦਾ ਦੇ ਪਾਉ ਨੇ ਤਾਂ ਮਝਾਇ ਅਸੀਂ ਹੁਣ ਮੈਂ ਕੁਝ ਵੀ ਨਹੀਂ ਦੱਸ ਸਕਦੇ ਵੀ ਹੁਣ ਜੇ ਉਧਰ ਜਾਂਦੇ ਤਾਂ ਅਸੀਂ ਪਟਿਆਲੇ ਵਾਲੇ ਆ ਇਧਰ ਜਾਂਦੇ ਅਸੀਂ ਅੰਬਰਸਰੀਆ ਪਰ ਮੈਨੂੰ ਪਟਿਆਲੇ ਆਏ 3 ਸਾਲ ਹੋਏ ਆ ਪਠਾਨ ਮਾਜਰਾ ਸਾਹਿਬ ਮੈਂ ਜਿੰਨੇ ਮਾੜੇ ਹਾਲਾਤ ਦੇਖੇ ਕਿ ਪਿਛਲੇ ਇੰਨੇ ਸਾਲਾਂ ਚ ਥੋੜੇ ਹਲਕੇ ਚ ਕੰਮ ਹੀ ਨਹੀਂ ਹੋਇਆ ਸੜਕਾਂ ਦਾ ਹਾਲ ਤੁਸੀਂ ਆ ਹੜਾਂ ਦੇ ਵਿੱਚ ਲੋਕਾਂ ਕੋਲ ਅਸੀਂ ਗਏ ਆ ਜ਼ਮੀਨਾਂ ਦੇ ਰੋਲੇ ਨੇ ਜ਼ਮੀਨਾਂ ਦੀਆਂ ਮਲਕੀਤਾਂ ਦੇ ਰੋਲੇ ਨੇ ਲੋਕਾਂ ਦੇ ਇਹ ਮਸਲੇ ਕਿਵੇਂ ਹੱਲ ਹੋਣਗੇ ਜ਼ਮੀਨਾਂ ਦੇ ਤੇ ਮੈਂ ਕਾਫੀ ਤਕਰੀਬਨ 100 ਪਲੱਸ ਜਿਹੜੇ ਲੋਕਾਂ ਦੇ ਰੋਲੇ ਸੀ ਅਸੀਂ ਨਿਬੇੜ ਚੁੱਕੇ ਆ ਨੇ ਲੋਕਾਂ ਦੇ ਆਵਾਦ-ਆਵਾਦ ਹੁੰਦੇ ਸੀ ਉਹਦੇ ਤੇ ਨਾ ਕੀ ਹੁੰਦਾ ਵੀ ਜਦੋਂ ਤੁਸੀਂ ਲਾਲਚ ਰੱਖੋਗੇ ਮਨ 'ਚ ਦੋਵਾਂ ਪਾਰਟੀਆਂ ਤੋਂ ਵੀ ਜਿਹੜਾ ਆਊਗਾ ਕੁਛ ਨਾ ਕੁਛ ਦੇ ਕੇ ਜਾਊਗਾ ਫਿਰ ਇਹ ਰੌਲੇ ਨੂੰ ਤੁਸੀਂ ਲੰਮਾ ਕਰੰਦੇ ਇਛਕ ਹੁੰਨੇ ਹੋ ਜਦੋਂ ਤੁਸੀਂ ਲੋਕਾਂ ਨੂੰ ਰੱਖਣਾ ਆ ਫਿਰ ਤੁਸੀਂ ਹੁੰਦਾ ਵੀ ਯਾਰੇ ਮੇਰੇ ਆ ਲੜਨਗੇ ਤੇ ਮੈਨੂੰ ਇਹਦੀ ਦੁੱਖ ਪੀੜੂਗੀ ਤੁਸੀਂ ਲਿਸਟਾਂ ਨਹੀਂ ਬਣਾਈਆਂ ਵੀ ਇਹ ਇਕੱਲੀ ਪਰਿਵਾਰ ਨੇ ਕਾਂਗਰਸੀ ਨੇ ਇਹਨਾਂ ਦੇ ਕੰਮ ਨਹੀਂ ਕਰਨਾ ਜਿਹੜੇ ਆਪਣੇ ਸਪੋਰਟਰ ਹੈ ਉਹ ਆਜੋ ਸਭ ਮੇਰੇ ਘਰੇ ਤਕਰੀਬਨ ਰੋਜ਼ 5-700 ਬੰਦਾ ਫੋਰਟਾ ਕਿਦਾਂ ਦਾ ਆਉਦਾ ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਜੇ ਤੁਸੀਂ ਪਵਾ ਕਾਲੀ ਹੋ ਚਾਹੇ ਕਾਂਗਰਸੀ ਹੋ ਜੇ ਮੈਂ ਤੁਹਾਡਾ ਕੰਮ ਕਰ ਸਕਦਾ ਮੈਂ ਕਰਦਾ ਹੂੰ ਜੇ ਤੁਹਾਡੀ ਹੁਣ ਲੜਾਈ ਮੇਰੇ ਬੰਦਿਆਂ ਨਾਲ ਫਿਰ ਮੈਂ ਆਪਣੇ ਬੰਦਿਆਂ ਦੀ ਪਹਿਲ ਰੱਖਦਾ ਪਰ ਮੈਂ ਕੋਸ਼ਿਸ਼ ਕਰਨਾ ਵੀ ਤੁਸੀਂ ਫੈਸਲਾ ਕਰੋ ਇਹ ਗੱਲ ਠੋਕ ਕੇ ਕਹਿੰਦੇ ਹੋ ਵੀ ਮੈਂ ਆਪਦੇ ਬੰਦਿਆਂ ਦੀ ਪਹਿਲ ਰੱਖਦਾ ਮੈਂ ਪਹਿਲ ਰੱਖਦਾ ਨਿਆਂ ਨਹੀਂ ਦੇਖਦੇ ਕਹਿੰਦੇ ਤੁਹਾਡਾ ਬੰਦਾ ਗਲਤ ਹੋਣਾ ਮੈਂ ਕੀ ਕਹਿ ਰਿਹਾ ਤੁਸੀਂ ਵੀ ਮੈਂ ਫੈਸਲੇ ਦੀ ਗੱਲ ਕਰਨਾ ਪਹਿਲ ਮੈਂ ਆਪਣੇ ਬੰਦੇ ਦੀ ਰੱਖਦਾ ਪਰ ਨਿਆਂ ਦੇ ਨਾਮ ਹੈ ਤੁਸੀਂ ਮੇਰੇ ਹਲਕੇ ਦੀ ਰੇਸ਼ੋ ਕਢਾ ਕੇ ਦੇਖਿਓ ਮੈਂ ਸਭ ਤੋਂ ਪਹਿਲਾਂ ਅਚਾਹ ਐਸਚਓ ਚ ਚੌਕੀ ਚਾਰ ਦਾ ਚਾਹ ਡਿਪਟੀ ਜਿੰਨੋ ਵੀ ਇਹ ਲੱਗਦਾ ਨਵਾਂ ਉਹਨੂੰ ਮੈਂ ਇੱਕੋ ਗੱਲ ਪੁੱਛਦਾ ਵੀ ਦੱਸੋ ਕਿਵੇਂ ਚੱਲਣਾ ਮੇਰੀ ਕੋਈ ਉਹਨਾਂ ਨੂੰ ਹਦਾਇਤ ਹੁੰਦੀ ਹੈ ਵੀ ਆਪਾਂ ਕਿਸੇ ਦੇ ਵੀ ਬੱਚੇ ਤੇ ਪਰਚਾ ਦਰਜ ਨਹੀਂ ਕਰਨਾ ਨਜਾਇਜ਼ ਜੇ ਕੋਈ ਗਲਤੀ ਕਰਦਾ ਬੱਚਾ ਉਹਨੂੰ ਤੁਸੀਂ ਝਣਕ ਲਓ ਉਹਨੂੰ ਦੋ ਦਿਨ ਥਾਣੇ ਬਾਹਲੋ ਉਹਨੂੰ ਸਮਝਾਓ ਜਿਹੜੇ ਬੱਚੇ ਦੇ ਨਜਾਇਜ਼ ਪਰਚਾ ਹੁੰਦਾ ਜਾਂ ਛੋਟੀ ਉਮਰ ਚ ਪਰਚਾ ਹੋ ਜਾਂਦਾ ਉਹ ਜਾਦੇ ਗੈਂਗਸਟਰ ਬਣੇ ਨੇ ਤੁਸੀਂ ਜੋ ਜ ਪੰਜਾਬ ਚ ਝਾਤ ਮਾਰ ਕੇ ਲਖੋ ਜਾਂ ਉਹ ਨਸ਼ੇੜੀ ਬਣੇ ਨੇ ਬਿਲਕੁਲ ਠੀਕ ਤੇ ਮੈਂ ਨਹੀਂ ਜਾਂਦਾ ਵੀ ਕੋਈ ਝੋੜੀਆਂ ਅੱਡ ਕੇ ਮੇਰੇ ਵਾਸਤੇ ਜਾਂ ਮੇਰੇ ਪੁੱਤਾਂ ਵਾਸਤੇ ਕੋਈ ਮਾੜਾ ਸੋਚੇ ਜਿਹੋ ਜਾਂ ਮੈਂ ਆਪਣੇ ਪੁੱਤ ਨੂੰ ਪੜਾਉਣ ਵਾਸਤੇ ਜੋਰ ਲਾਇਆ ਇਤਨੇ ਸਾਰੇ ਮਾਪਿਓ ਨੇ ਲਾਉਂਦਾ 25 ਸਾਲ ਆਪਣੇ ਬੱਚੇ ਪਿਛੇ ਲੋਕਾਂ ਨੇ ਘਰ ਛੱਡ ਕੇ ਸ਼ਹਿਰਾਂ ਦੇ ਵਿੱਚ ਘਰ ਲਾਏ ਨੇ ਵੀ ਬੱਚੇ ਸਾਡੇ ਪੜਨਾ ਨੌਕਰੀਆਂ ਲੱਗਣਾ ਸਾਡਾ ਕੀ 2 ਮਿੰਟਾਂ ਦਾ ਫੋਨ ਨਾ ਉਹਦਾ ਅਸੀਂ ਬੇੜਾ ਕਰ ਕਰ ਦਿੰਦੇ ਨੇ ਲੀਡਰ ਉਹਦੇ ਤੇ ਪਰਚਾ ਦਰਜ ਕਰਾ ਦਿੰਦੇ ਆ ਓਵਰঅল ਲਾਈਫ ਜਿਹੜੀ ਬੰਦੇ ਦੀ ਖਰਾਬ ਹੁੰਦੀ ਅੱਜ ਜਿੰਨੇ ਵੀ ਗੈਂਗਸਟਰ ਬਣਨੇ ਕਿਸੇ ਦਾ ਗੈਂਗਸਟਰ ਬਨਣਾ ਜੀ ਨਹੀਂ ਕਰਦਾ ਇਹ ਸਭ ਲੀਡਰਾਂ ਦੀ ਦੇਣ ਆ ਜਿਹੜੇ ਲੀਡਰਾਂ ਨੇ ਉਹਨਾਂ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਰ ਕਰਤੀਆਂ ਕੋਈ ਅੱਜ ਨਸ਼ੇੜੀ ਆ ਕਿੰਨੇ ਕਿੰਨੇ ਵਧੀਆ ਪਰਿਵਾਰਾਂ ਦੇ ਮੁੰਡੇ ਆ ਜਿਹੜੇ ਅੱਜ ਗੈਂਗਸਟਰ ਬਣੇ ਪਏ ਆ ਬਿਲਕੁਲ ਕਿੰਨੇ ਕਨੇ ਵਧੀਆ ਗੇਮ ਕਰਦੇ ਸੀ ਮੁੰਡੇ ਜਿਹੜੇ ਅੱਜ ਗੈਂਗਸਟਰ ਨੇ तकरीबन ਜਿੰਨੇ ਨਾਮੀ ਗੈਂਗਸਟਰ ਬਣੇ ਸਾਰੇ ਸਪੋਰਟਸਮੈਨ ਰਹੇ ਸਪੋਰਟਸਮੈਨ ਸੀ ਚੰਗਿਆਂ ਪਰਿਵਾਰਾਂ ਦੇ 100 100 ਦੋਪੱਖ ਲਿਆਦੇ ਸੱਠਾ ਸੱਠਾ ਦੇ ਜਿਨ੍ਹਾਂ ਬੰਦਿਆਂ ਨੂੰ ਸੁੱਖਾ ਕਾਲ ਵਾਂ ਕਿੰਨੀ ਜ਼ਮੀਨ ਆਉਂਦੀ ਸਾਰਾ ਪਰਿਵਾਰ ਸੱਤ ਮੁੰਡਾ ਕਿੰਨੇ ਕਨੇ ਵਧੀਆ ਪਰਿਵਾਰਾਂ ਦੇ ਮੁੰਡੇ ਸੀ ਪਰ ਇਹ ਗਲਤ ਹੱਥਾਂ ਤੇ ਚੜ ਕੇ ਤੇ ਲੀਡਰਾਂ ਦੀ ਮਿਹਰਬਾਨੀਆਂ ਨਾਲ ਜੇ ਬੇੜਾ ਕਰਕੇ ਕਰਕੇ ਰੱਖਤਾ ਉਹਨਾਂ ਨੇ ਤੁਸੀਂ ਗੱਲ ਕੀਤੀ ਕਿ ਐਜੂਕੇਸ਼ਨ ਦੀ ਮੈਨੂੰ ਇਹ ਦੱਸੋ ਕਿ ਸਕੂਲਾਂ ਬਾਰੇ ਸੀਐਮ ਸਾਹਿਬ ਨੇ ਬਹੁਤ ਕਿਹਾ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਹਾਂ ਉਹ ਕਿਹੜੀ ਕ੍ਰਾਂਤੀ ਲੈ ਆਏ ਹੋ ਅਸਲ ਜਿਸ ਤਰ੍ਹਾਂ ਹੁਣ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਸਾਡੇ ਹਲਕੇ ਦੇ ਵਿੱਚ ਮੈਂ ਐਨ ਆਰ ਆਈ ਭਰਾਵਾਂ ਦੀ ਮਦਦ ਨਾਲ ਸਭ ਤੋਂ ਵੱਧ ਜਿਹੜੀ ਸਾਡੀ ਮਦਦ ਕੀਤੀ ਸਰਦਾਰ ਸੁਰਿੰਦਰ ਸਿੰਘ ਨਿੱਜਰ ਨੇ ਹੂੰ ਕਿੱਥੋਂ ਦੇ ਜਲੰਧਰ ਦੇ ਨੇ ਯੂਕੇ ਰਹਿੰਦੇ ਨੇ ਹੂੰ ਉਹਨਾਂ ਨੇ ਮੇਰੀ ਮਦਦ ਤਕਰੀਬਨ ਪਹਿਲਾਂ ਮੈਨੂੰ 1 ਕਰੋੜ ਰੁਪਏ ਉਹਨਾਂ ਨੇ ਦਿੱਤਾ ਮਤਲਬ ਮੈਂ ਇੱਥੇ ਟੋਕ ਰਿਹਾ ਤੁਸੀਂ ਜਿਹੜਾ ਡਿਪਾਰਟਮੈਂਟ ਆਪਦੇ ਕੋਲੋਂ ਕਰ ਰਿਹਾ ਸਿੱਖਿਆ ਵਿਭਾਗ ਕਰ ਰਿਹਾ ਉਹਦੇ ਤੋਂ ਇਲਾਵਾ ਆਪਦੇ ਵੱਲੋਂ ਵੀ ਪਰਸਨਲੀ ਮਦਦ ਕਰਨ ਦੀ ਕੋਸ਼ਿਸ਼ ਹਾਂ ਮੇਰਾ ਟਰਸਟ ਅਸੀਂ ਬਣਾਇਆ ਕਨਾਲ ਉਹਦੇ ਚੋਂ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਜਿੱਥੇ ਵੀ ਜਿਹੜਾ ਵੀ ਕੋਈ ਬੰਦਾ ਸਾਨੂੰ ਪੈਸੇ ਭੇਜਦਾ ਹੈ ਜਾਂ ਕੋਈ ਅਸੀਂ ਕਿਸੇ ਤੋਂ ਕਹਿ ਕੇ ਕਰਵਾਉਂਦੇ ਹਾਂ ਅਸੀਂ ਉਹਦੇ ਅੰਦਰ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਤਕਰੀਬਨ ਫਿਰ ਉਹ ਕਿੱਥੇ ਕਿੱਥੇ ਲੱਗਦਾ ਪਿਆ ਸਾਠ 65 ਸਕੂਲ ਆ ਸਾਡੇ ਸਰਕਾਰੀ ਹਾਈ ਸਕੂਲ ਤੇ ਵਿੱਚ ਇਹ ਪ੍ਰਾਈਵੇਟ ਜਿਨ੍ਹਾਂ ਦੇ ਵਿੱਚ ਅਸੀਂ ਏਸੀ ਲਵਾ ਚੁੱਕੇ ਆ ਕਹੇ ਜਿਤਨਾ ਹੁਣ 34 ਏਸੀ ਕੱਲੇ ਬਾਦਰਗੜ ਦੇ ਵਿੱਚ ਲੱਗੇ ਨੇ 27 ਏਸੀ ਸਕੂਲ ਸਭ ਤੋਂ ਪਹਿਲਾਂ ਮੈਂ ਸਕੂਲ ਕੀਤਾ ਸੀ ਗਰਲ ਕਾਲਜ ਸਾਡੇ ਸਕੂਲ ਆ ਸੁਨੌਰ ਦੇ ਵਿੱਚ ਉੱਥੋਂ ਹੀ ਸ਼ੁਰੂਆਤ ਕੀਤੀ ਉਹ ਮੈਨੂੰ ਵਧੀਆ ਲੱਗਾ ਲੋਕਾਂ ਮੈਨੂੰ ਬੜਾ ਸਾਡੀਆਂ ਬੇਟੀਆਂ ਨੇ ਆਖਿਆ ਵੀ ਅੰਕਲ ਜਦੋਂ ਦੇ ਤੁਸੀਂ ਆ ਲਾਇਆ ਇੱਕ ਥਤੇ ਗ੍ਰੋਥ ਵਧੀ ਬੱਚਿਆਂ ਦੀ ਇੱਕ ਲੋਕ ਸਰਕਾਰੀ ਸਕੂਲਾਂ ਤੋਂ ਪਤਾ ਲੋਕ ਆਮ ਗਰੀਬਾਂ ਘਰਾਂ ਦੇ ਆਉਂਦੇ ਆ ਬਿਲਕੁਲ ਅਮੀਰਾਂ ਦੇ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਪ੍ਰਾਈਵੇਟ ਸਕੂਲਾਂ 'ਚ ਵੀ ਏਸੀ ਨਹੀਂਗੇ ਕਈਆਂ 'ਚ ਨਹੀਂ ਹੈਗੇ ਪਰ ਸਾਡੇ ਮੈਂ ਸਰਕਾਰੀ ਸਕੂਲਾਂ 'ਚ ਮੇਰੀ ਇੱਛਾ ਮੰਦੀ ਵੀ ਗਰੀਬ ਦਾ ਬੱਚਾ ਵੀ ਜਿਹੜਾ ਵਧੀਆ ਪੜੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਏਸੀ ਲਵਾ ਕੇ ਦਿੱਤੇ ਹੁਣ ਲੈਟ ਦੀ ਪ੍ਰੋਬਲਮ ਆਉਂਦੀ ਸੀ ਬਿੱਲਾਂ ਦੀ ਹੁਣ ਅਸੀਂ ਸੋਲਰ ਪੈਨਲ ਲਾ ਕੇ ਦੇਣ ਲੱਗੇ ਸਾਰਿਆਂ ਨੂੰ ਕਿ ਕਿੱਥੇ ਲਾਉਂਗੇ ਉਹ ਸਕੂਲਾਂ ਦੇ ਵਿੱਚ ਸਕੂਲਾਂ ਸੋਲਰ ਪੈਨਲ ਸਕੂਲਾਂ ਸੋਲਰ ਪੈਨਲ ਤੇ ਉਹਦੇ ਨਾਲ ਜਿਹੜਾ ਉਹਨਾਂ ਦਾ ਬਿੱਲ ਉਹ ਸਾਰਾ ਕਵਰ ਹੋ ਜਾ ਕਰੂਗਾ ਜਿਹੜੇ ਬੱਚੇ ਸਾਡੇ ਪਛੜੇ ਇਲਾਕੇ ਸਾਡਾ ਬਹੁਤ ਜ਼ਿਆਦਾ ਜਦੋਂ ਵੀ ਕੋਈ ਕਹਿੰਦਾ ਯਾਰ ਪਛੜੇ ਏਰੀਏ ਦੇ ਬੰਦੇ ਉਹ ਐਂ ਲੱਗਦਾ ਗਾਲ ਕੱਢੀ ਗਏ ਨੇ ਮਹਿਸੂਸ ਹੁੰਦਾ ਆ ਮਹਿਸੂਸ ਹੁੰਦਾ ਬਿਲਕੁਲ ਤਾਂ ਹੁਣ ਸਾਰ ਮੇਰੀ ਕੋਸ਼ਿਸ਼ ਹੈ ਵੀ ਮੈਂ ਆਪਦੇ ਬੱਚਿਆਂ ਨੂੰ ਆਪਣੇ ਹਲਕੇ ਦੇ ਬੱਚਿਆਂ ਨੂੰ ਵਧੀਆ ਪੜਾਵਾ ਤੇ ਤਾਂ ਕਿ ਇਹ ਕੁਝ ਬਣਨ ਤੇ ਸਾਡਾ ਜਿਹੜਾ ਪਛੜੇ ਏਰੀਆ ਇਤੋ ਅਸੀਂ ਜਿਆਦਾ ਪਾ ਜਮੀਨਾਂ ਭਾਰੀਆਂ ਥੋਡੇ ਇਲਾਕੇ ਦੀ ਜਮੀਨਾਂ ਸਾਡੇ ਡਾਕਰ ਜਮੀਨਾਂ ਕਈ ਤਰ੍ਹਾਂ ਦੀਆਂ ਜਮੀਨਾਂ ਆ ਭਾਰੀਆਂ ਜਮੀਨਾਂ ਲੋਕਾਂ ਕੋਲ ਜਮੀਨਾਂ ਹੈਗੀਆਂ ਆ ਪਰ ਪਾਣੀ ਦੀ ਮਾਰ ਨੀ ਗਡ ਵਾਲਾ ਭੇਵੇ ਵਾਲਾ ਰੋਡ ਹੈ ਜਿਹੜਾ ਇਹਦੀ ਗੱਲ ਕਰ ਰਿਹਾ ਮੈਂ ਪਾਣੀ ਦੀ ਮਾਰ ਨੇ ਸਾਡਾ ਸਾਰੇ ਹਲਕੇ ਦਾ ਸਿਸਟਮ ਵਿਗਾੜਿਆ ਪਿਆ ਆ ਹੁਣ ਇਥੇ ਲੀਡਰਾਂ ਨੇ ਸਾਰਿਆਂ ਨੇ ਪਾਣੀ ਜਦੋਂ ਵੀ ਪਾਣੀ ਆਉਂਦਾ ਰਿਹਾ ਹੂੰ ਉਦੋਂ ਚਾਰ ਦਿਨ ਸਿਆਸਤ ਕੀਤੀ ਚਾਏ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਨਾ ਉਦੋਂ ਆਉਣਾ ਚਾਰ ਦਿਨ ਫੋਟੋਆਂ ਖਿਚਾ ਕੇ ਨਿਕਲ ਜਾਣਾ ਉਹ ਜਮੀਨਾ ਕੁਆਰ ਆਉਣ ਵਾਲੀਆਂ ਜਿਹੜੀਆਂ ਟਾਂਗਰੀਆਂ ਕੱਗਰ ਆ ਮਾਰ ਕੱਡਾ ਆ ਇਹ ਜਮੀਨਾ ਕੁਆਰ ਕਰਾਉ ਹੋ ਜੇ ਕਰਵਾਈਆਂ ਹੁੰਦੀਆਂ ਪੁਰਾਣੀਆਂ ਤੇ ਅੱਜ ਉਹਦੀ ਡੰਗਾਈ ਕਰਾ ਸਕਦੇ ਸੀ ਉਹਨਾਂ ਨੂੰ ਉਹ ਸਾਫ਼ ਕਰਾ ਸਕਦੇ ਸਾਂ ਅੱਜ ਅਗਲਾ ਆਪਦੀਆਂ ਪਰਸਨਲ ਜਮੀਨਾ ਲੋਕਾਂ ਦੀਆਂ ਸਾਨੂੰ ਜੀਸੀਬੀ ਲਾਉਣੇ ਨਹੀਂ ਦਿੰਦੇ ਨਾ ਕਿਸੇ ਨੂੰ ਕੋਈ ਮੁੱਠ ਮਿੱਟੀ ਦੀ ਉੱਚ ਕੱਢਣ ਦਿੰਦੇ ਆ ਤੇ ਫਿਰ ਉਹ ਪੂਰੀਆਂ ਹੋਣ ਕਰਕੇ ਫਿਰ ਪਾਣੀ ਦਾੜਾ ਸਾਨੂੰ ਉਹ ਸਾਹਮਣਾ ਕਰਨਾ ਪੈਂਦਾ ਪਰ ਉਹਨਾਂ ਦਾ ਰੋਜ਼ਗਾਰ ਵੀ ਉੱਥੋਂ ਹੀ ਚੱਲਦਾ ਹੋਣਾ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਆਲਟਰਨੇਟ ਤਾਂ ਦੇਣਾ ਪੈਣਾ ਨਹੀਂ ਉਹਨਾਂ ਨੂੰ ਕਿਹਾ ਹੁਣ ਸਰਕਾਰ ਨੂੰ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਆਪਾਂ ਇਹਨਾਂ ਦੀ ਜ਼ਮੀਨ ਐਕਵਾਇਰ ਕਰਾ ਕੇ ਇਹਨਾਂ ਦੇ ਪੈਸੇ ਦੇ ਕੇ ਤੇ ਆਪਾਂ ਇਹਨੂੰ ਡੂੰਘਾ ਕਰੀਏ ਤਾਂ ਕਿਹੜਾ ਪਾਣੀ ਦੀ ਮਾਰ ਚੋਂ ਸਾਡੇ ਜਿਹੜੇ ਹਲਕੇ ਮੇਰੇ ਇੱਥੋਂ ਸ਼ੁਰੂ ਹੁੰਦਾ ਜਿਹੜਾ ਕਣੌਰ ਤੋਂ ਸ਼ੁਰੂ ਹੋ ਗਿਆ ਸਨੌਰ ਆਗਾ ਸਮਾਂ ਇੰਨੇ ਸਾਲਾਂ ਚ ਕਿਸੇ ਨੇ ਇਨੀਸ਼ੀਏਟਿ ਨਹੀਂ ਲਿਆ ਸardar ਲਾਲ ਸਿੰਘ ਰਹੇ ਨੇ ਚੰਦੂ ਮਾਜਰਾ ਸਾਹਿਬ ਦੇ ਬੇਟੇ ਰਹੇ ਨੇ ਹੋਰ ਬਹੁਤ ਸਾਰੇ ਸਰਕਾਰਾਂ ਦੇ ਵਿੱਚ ਲਾਲ ਸਿੰਘ ਬਹੁਤ ਵੱਡੇ ਲੀਡਰ ਰਹੇ ਪਰ ਉਹ ਇਸ ਬੰਦੇ ਤੇ ਧਿਆਨ ਨਹੀਂ ਕੀਤਾ ਉਹਨੇ ਪਤਾ ਨਹੀਂ ਕਿਉਂ ਨਹੀਂ ਕੀਤਾ ਪਾਣੀ ਦੀ ਮਾਰ ਅਸਲ ਨਾਲ ਸਾਡੇ ਲੋਕਲ ਬੰਦਾ ਕੋਈ ਨਹੀਂ ਹੈਗਾ ਮੈਨੂੰ ਪਹਿਲੀ ਵਾਰੀ ਮੈਂ ਕਹਿ ਸਕਦਾ ਵੀ ਟਿਕਟ ਸਾਨੂੰ ਲੋਕਲ ਇਹ ਕਹਿਣ ਵਾਲੇ ਬੰਦੇ ਨੂੰ ਪਹਟਾਣ ਵੈਰਾ ਇੱਕ ਬਾਰਡਰ ਦੇ ਉੱਤੇ ਪਿੰਡ ਆ ਅ ਸੋਦੇ ਤੇ ਹਰਿਆਣਾ ਦੇਤੇ ਬਿਲਕੁਲ ਮੈਨੂੰ ਸਿਰਫ 1.5 ਕਿਲੋਮੀਟਰ ਤੋਂ ਘੋ ਹਰਿਆਣਾ ਸ਼ੁਰੂ ਹੋ ਜਾਂਦਾ ਬਿਲਕੁਲ ਤੇ ਪਹਿਲੀ ਵਾਰੀ ਸਾਨੂੰ ਟਿਕਟ ਮਿਲੀ ਆ ਐਰ ਕਿਸੀ ਤਿੰਨ ਐਮਐਲ ਆ ਆਪਣੇ ਹਲਕੇ ਸਨੌਰ ਦੇ ਤੇ ਉਹ ਜਿਹੜੀ ਉਹ ਮੈਨੂੰ ਦਰਦ ਹੈ ਮੇਰੀ ਜ਼ਮੀਨ 'ਚ ਵੀ ਪਾਣੀ ਆਉਂਦਾ ਇਹਨਾਂ ਦੀਆਂ ਜ਼ਮੀਨਾਂ ਨਹੀਂ ਸੀ ਉੱਥੇ ਇਹਨਾਂ ਨੇ ਹਸਪੀਟਲ ਨਹੀਂ ਕੋਈ ਚਾਜਦਾ ਬਣਾਇਆ ਇਹਨਾਂ ਨੇ ਕੋਈ ਕਾਲਜ ਨਹੀਂ ਚਾਜਦਾ ਬਣਾਇਆ ਕੋਈ ਸਕੂਲ ਨਹੀਂ ਬਣਾਇਆ ਇਹਨਾਂ ਨੇ ਪਾਣੀ ਦੀ ਮਾਰਚੋਂ ਨਹੀਂ ਕੱਢਿਆ ਜਿਹੜਾ ਕੱਢ ਸਕਦੇ ਕੋਈ ਇੰਡਸਟਰੀ ਫੈਕਟਰੀ ਨਹੀਂ ਲਿਆਂਦੀ ਜਿੱਥੇ ਸਾਡੇ ਬੱਚੇ ਰੋਜ਼ਗਾਰ ਲੱਗ ਸਕਦੇ ਸੀ ਹੁਣ ਸਾਡੇ ਕੋਲ ਤਾਂ ਜੋ ਸਰਕਾਰ ਐ ਪਤੀਲੀ ਮਾਰਚੇ ਨਹੀਂ ਜਵੇਂ ਦੇਈਦੀ ਨਿਕੇ ਨੂੰ ਬੈਲਾ ਫੜ ਜੋ ਮਰਜ਼ੀ ਕਰ ਲੈ ਸਾਨੂੰ ਤਾਂ ਸਰਕਾਰ ਪਤੀਲੀ ਮਾਜੀ ਮਿਲੀ ਇਹਨਾਂ ਨੇ ਉਹ ਤੁਸੀਂ ਪਲਾਨ ਤਾਂ ਬਣਾਇਆ ਫਿਰ ਬਣਾ ਹੁਣ ਬਣਾਇਆ ਸਾਡੀ ਮੇਰੀ ਮਨ ਦੀ ਤਮੰਨਾ ਮੈਂ ਸੀਐਮ ਸਾਹਿਬ ਨੂੰ ਇੱਕੋ ਕਹਣਾ ਵੀ ਦੋ ਤਿੰਨ ਇੰਡਸਟਰੀਆਂ ਸਾਨੂੰ ਦੋ ਇੱਕ ਦੋ ਕਾਲਜ ਦਾ ਦੋ ਸਕੂਲ ਵਧੀਆ ਤੇ ਚਲੋ ਹੁਣ ਬਣ ਰਿਹਾ 25-25 ਕਰੋੜ ਰੁਪਈਆ ਸਾਨੂੰ ਹਰ ਇੱਕ ਹਲਕੇ ਨੂੰ ਜਿਹੜਾ ਉਹ ਸੀਐਮ ਸਾਹਿਬ ਨੇ ਦਿੱਤਾ ਸਕੂਲਾਂ ਵਾਸਤੇ ਕੱल्ल्या ਵਾਸਤੇ ਸਾਡੇ ਸਕੂਲਾਂ ਦੇ ਕੰਮ ਹੋ ਰਹੇ ਨੇ ਜਿੱਥੇ-ਜਿੱਥੇ ਕੋਈ ਬਾੜਿਆ ਸੀ ਉਹ ਸਾਰਾ ਸਕੂਲ ਦੁਬਾਰਾ ਬਣ ਰਿਹਾ ਆ ਤੇ ਸਾਡਾ ਜਿਵੇਂ ਸਾਡਾ ਆਪਣਾ ਬਾਦਰਗੜ੍ਹ ਸਕੂਲ ਪੈਂਦਾ ਇਹ ਫਸਟ ਆਇਆ ਪੰਜਾਬ ਸਾਰੇ ਚ ਤੇ 3500 ਬੱਚਾ ਉਹਦੇ ਵਿੱਚ ਤਕਰੀਬਨ ਵਧੀਆ ਗ੍ਰੋਸਰੀ ਕਰ ਰਿਹਾ ਤੇ ਪੜ੍ਹਾਈ ਵੀ ਵਧੀਆ ਆ ਸਰਕਾਰੀ ਸਕੂਲਾਂ 'ਚ ਪੜ੍ਹਾਈ ਸਭ ਤੋਂ ਬੈਸਟ ਆ ਵਧੀਆ ਆ ਪਰ ਸਾਡੀ ਇੱਕ ਮਨਸਾ ਮਨਸਾ ਹੋ ਗਈ ਵੀ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਬਿਲਕੁਲ ਉਹਦੇ ਕਰਕੇ ਅਜ ਕੱਟ ਗੌਰ ਕਰਦੇ ਹੁਣ ਸਾਡੇ ਆਲਮੋਸਟ ਸਕੂਲਾਂ 'ਚ ਜਿੱਥੇ ਟੇਬਲ ਦੀ ਲੋੜ ਆ ਉਹ ਅਸੀਂ ਦੇ ਰਹੇ ਆ ਜਿੱਥੇ ਸਕੂਲਾਂ ਦੇ ਵਿੱਚ ਏਸੀਆਂ ਦੀ ਲੋੜ ਉਹ ਦੇ ਰਹੇ ਆ ਹੁਣ ਅਸੀਂ ਮੈਂ ਪਿੱਛੇ ਇਹਨਾਂ ਨੂੰ ਗੱਲ ਕੀਤੀ ਸੀ ਵੀ ਆਪਾਂ ਸਾਰਿਆਂ ਸਕੂਲਾਂ ਦੇ ਵਿੱਚ ਜਿਹੜਾ ਕੂਲਰ ਠੰਡੇ ਪਾਣੀ ਵਾਲਾ ਇਹ ਆਪਾਂ ਲਵਾਉਣੇ ਆ ਵੀ ਜਿਹੜੇ ਬੱਚੇ ਉਹ ਵਧੀਆ ਰਹਿਣ ਮੈਨੂੰ ਐਨ ਆਰ ਆਈ ਨਾਲ ਸਾਥ ਦੇ ਰਹੇ ਆ ਐਨ ਆਰ ਆਈ ਸਾਥ ਦੇ ਰਹੇ ਸਾਡਾ ਏਰੀਆ ਕਾਫੀ ਐਨ ਆਰ ਆਈ ਹੋ ਗਿਆ ਮੈਂ ਰਿਕਵੈਸਟ ਵੀ ਕਰਦਾ ਜਿਹੜੇ ਮੇਰੇ ਭਰਾ ਹੋਣ ਵੀ ਮੈਨੂੰ ਸੁਣ ਲਿਆ ਵੀ ਆਪੋ ਆਪਣੇ ਹਲਕਿਆਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਐਨ ਆਰ ਆਈ ਭਰਾ ਵੀ ਤੁਸੀਂ ਆਪਣੇ ਮਦਦ ਕਰੋ ਲੋਕਾਂ ਦੀ ਤੇ ਆ ਤੁਹਾਡੇ ਇੱਕ ਮਦਦ ਦੇ ਨਾਲ ਕਿਸੇ ਦਾ ਬੱਚਾ ਕੁਝ ਜ਼ਿੰਦਗੀ ਚ ਬਣ ਸਕਦਾ ਇਸ ਰੋਡ ਦਾ ਹਾਲ ਬਹੁਤ ਮਾੜਾ ਹੈ ਜੀ ਟੋਏ ਨੇ ਬਹੁਤ ਜ਼ਿਆਦਾ ਹੜਾਂ ਤੋਂ ਬਾਅਦ ਇਹ ਰੋਡ ਬਣਿਆ ਨਹੀਂ ਜਿਹੜਾ ਦੇਵੀਗੜ ਪਾਤੜਾਂ ਤੱਕ ਰੋਡ ਹੈ ਇਹ ਜਿਹੜਾ ਉਹ ਬਣ ਗਿਆ ਜਿਹੜਾ ਪੱਤੌੜਾ ਵਾਲੇ ਤੁਸੀਂ ਦੱਸਦੇ ਸੀ ਚੀਕੀ ਵਾਲਾ ਉਹ ਬਣ ਗਿਆ ਇਹ ਇਹਦੀ ਨਾ ਰੋਡ ਦੀ ਚੜਾਈ ਆ ਚੜਾਈ ਨਹੀਂ ਸੀ ਹਾਂ ਜੀ ਉਹ ਪਹਿਲਾਂ ਮਨਜ਼ੂਰੀ ਨਹੀਂ ਸੀ ਦੇ ਰਿਆ ਸੈਂਟਰ ਹੁਣ ਸੀਐਮ ਸਾਹਿਬ ਬਨੇ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਤਿੰਨਾਂ ਦੋਵਾਂ ਸੜਕਾਂ ਦੇ ਜਿੰਨਾ ਵੀ ਦਰਖਤ ਅਸੀਂ ਕਟਾਂਗੇ ਉਹ ਅਸੀਂ ਨਾ ਤੁਹਾਨੂੰ ਲਵਾ ਕੇ ਦਵਾਂਗੇ ਹੁਣ ਸਾਨੂੰ ਮਨਜ਼ੂਰੀ ਮਿਲ ਗਈ ਹਫਤੇ ਦਾ ਹੰਦਨਾ ਦੇ ਵਿੱਚ ਕਢਾ ਵਾਲੀ ਵਨਵੇ ਹੋਣਾ ਜੀ ਇਹ ਨਹੀਂ ਨਹੀਂ ਵਨਵੇ ਨਹੀਂ ਅਜੇ ਚੌੜਾ ਹੋਣਾ ਦੋ ਬੰਨ ਸਾਈਡਾਂ ਤੋਂ ਨੀਰਾਪੁਰ ਤੱਕ ਚੌੜਾ ਹੋ ਗਿਆ ਸੀ ਅਗੇ ਦੋਹਾਂ ਸਾਈਡਾਂ ਤੋਂ ਚੌੜਾ ਹੋਣਾ तकरीबन 10-15 ਫੁੱਟ ਹੋਰੇ ਚੌੜਾ 7-7 ਫੁੱਟ ਦੋਹਾਂ ਸਾਈਡਾਂ ਤੋਂ ਵਧਣਾ ਚੌੜਾ ਹੋ ਜਾਣਾ ਤੇ ਫੇ ਕਾਫੀ ਖੁੱਲਾ ਹੋ ਜਾਣਾ ਰੋਡ ਤੇ ਬਣਨਾ ਸ਼ੁਰੂ ਹੋ ਜਾਣਾ ਛੇਤੀ ਪਠਾਨ ਮਜਰਾ ਸਾਹਿਬ 5 ਸਾਲ ਬਾਅਦ ਜਦੋਂ 5 ਸਾਲ ਪੂਰੇ ਹੋ ਜਾਣਗੇ ਕੀ ਵਿਜ਼ਨ ਲਿਆ ਵੀ ਉਸ ਤੋਂ ਬਾਅਦ ਲੋਕ ਕਿਉਂ ਚੁਣਨਗੇ ਕਿ ਦੁਬਾਰਾ ਇਹੀ ਬੰਦਾ ਐਮਐਲਏ ਚਾਹੀਦਾ ਸੰ ਮੈਂ ਧੋਕਣਕ ਕੋ ਗੱਲ ਕਹੀ ਸੀ ਵੀ ਤੁਸੀਂ ਇੱਕ ਵਾਰੀ ਚੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਕੋ ਹੱਕ ਨਾ ਵੋਟ ਮੰਗੂਗਾ ਮੈਂ ਮੈਂ ਜੇ ਕੁਛ ਤੁਹਾਡਾ ਕੀਤਾ ਤੇ ਵੋਟ ਪਾਉਣੀ ਤੇ ਨਾ ਪਾਉ। ਮੈਂ ਤਕਰੀਬਨ 35 ਗਰਾਊਂਡ ਬਣਵਾਉਣ ਲੱਗਾ ਹਾਂ। ਮੈਂ ਆ ਮੈਂ ਕਹਿੰਦਾ ਵੀ ਇਹ ਯਾਲੀ ਸਾਫ ਸਟ ਉਹਨਾਂ ਨੇ ਆਪਣੇ ਹਲਕੇ 'ਚ ਬਣਾਏ ਨੇ ਗਰਾਊਂਡ। ਮਨਪ੍ਰੀਤ ਯਾਲੀ ਦੀ ਗੱਲ ਕਰ ਰਹੇ ਮੁੱਲਾਂਪੁਰ। ਹਾਂ ਚਲੋ ਮੈਂ ਵੀ ਕਾਲੀਦਾਲ ਚ ਰਹਾ ਸਾਡੀ ਪੁਰਾਣੀ ਸਾਂਝ ਵੀ ਆ। ਤੇ ਜਿਹੜੇ ਬੰਦੇ ਜਿਹੜੇ ਬੰਦੇ ਨੇ ਕੰਮ ਚੰਗਾ ਕੀਤਾ ਹੋਵੇ ਉਹਨੂੰ ਚੰਗਾ ਕਹਿਣਾ ਬਣਦਾ। ਤਾਂ ਉਹ ਜਿਹੜਾ ਮਾਡਲ ਹੈ ਜਿਹੜਾ ਗਰਾਊਂਡ ਦਾ ਮਨਪ੍ਰੀਤਿਆਲੀ ਵਾਲਾ ਉਹ ਮਾਡਲ ਤੁਸੀਂ ਚਾਹੁੰਦੇ ਹੋ ਕਿ ਐਡਾਪਟ ਅਸੀਂ ਐਡਾਪਟ ਉਹ ਵੀ ਕੀਤਾ ਪਲੱਸ ਉਹਦੇ ਵਿੱਚ ਅਸੀਂ ਆਪਣਾ ਜਿਹੜੇ ਐਡ ਕੀਤੀਆਂ ਦੋ ਤਿੰਨ ਚੀਜ਼ਾਂ ਇੱਕ ਸਵਿੰਗ ਪੂਲ ਐਡ ਕੀਤਾ ਕੁਝ ਹੋਰ ਦੂਸਰੇ ਜਿਮ ਐਡ ਕੀਤੇ ਆ ਵੀ ਇਹ ਜਿਹੜੇ ਚੀਜ਼ਾਂ ਉਹ ਉਹਦੇ ਵਿੱਚ ਐਡ ਕਰਕੇ ਜੋ ਜੋ ਹੋ ਰਿਹਾ ਕਿੰਨੇ ਕਹਿ ਰਹੇ ਹੋ ਤੁਸੀਂ 65 ਹਨਾ 35 35 ਬਣਾਉਣੇ 35 ਐਰ ਕੈਰ ਕੀ ਅਸੀਂ ਮੈਂ ਜ਼ਮੀਨਾ ਛੜਾਈਆਂ ਕੁਛ ਛੇ ਕਿਲੇ ਕਿਤੇ ਕਿਸੇ ਪਿੰਡ ਜਾਦੀ ਉੱਥੇ ਛੇ ਕਿਲੇ ਛੜਾਈ ਆ ਕਿਤੇ ਚਾਰ ਕਿਲੇ ਕਿਤੇ ਤਿੰਨ ਕਰੇ ਦੋ ਜੇ ਹੋ ਜਾ ਕਿਸੇ ਦਾ ਪੈਂਦਾ ਹੋ ਜਾ ਮੈਂ ਛੜਵਾਇਆ ਤੇ ਮੈਂ ਮੇਰੀ ਜਿਵੇਂ ਸਕੂਲ ਆ ਸਭ ਤੋਂ ਵੱਧ ਅਜ ਗਰੀਬਾਂ ਦੇ ਜਿਹੜੇ ਬੱਚੇ ਆ ਉਹ ਸਕੂਲਾਂ ਗਰੀਬਾਂ ਚ ਪੜਦੇ ਆ ਤੇ ਵੋਟ ਵੀ ਗਰੀਬ ਕੋਈ ਰਹਿ ਗਈ ਅੱਜ ਅਮੀਰਾਂ ਦੇ ਤੇ ਬੱਚੇ ਕਿ ਇੱਕ ਦੋ ਦੋ ਸਾਰੇ ਕਿਸੇ ਨਾ ਕੈਨੇਡਾ ਭੇਜਤਾ ਕਿਨੇ ਅਮਰੀਕਾ ਭੇਜਤਾ ਕਿਨੇ ਨਿਊਜ਼ੀਲੈਂਡ ਭੇਜਤਾ ਸਾਡੇ ਕੋਲ ਤੇ ਕੋਠੀਆਂ ਵੱਡੀਆਂ ਤੇ ਵੋਟਾਂ ਦੋ ਜਾਂ ਤਿੰਨ ਆ ਜਿਹੜੇ ਗਰੀਬ ਆ ਜੱਜ ਉਹਨਾਂ ਦੇ ਬੱਚੇ ਪੜਨਗੇ ਸਾਡਾ ਮੈਂ ਇੱਕ ਚੀਜ਼ ਹੈ ਨਾ ਮੈਂ ਇਹ ਗਰੀਬ ਦੇ ਬੱਚੇ ਚੋਂ ਭਵਿੱਖ ਦੇਖਦਾ ਪੰਜਾਬ ਦਾ ਅੱਜ ਤੁਸੀਂ ਇਹ ਦੇਖੋ ਵੀ ਕਿਸੇ ਵੀ ਬੰਦੇ ਨੇ ਕੋਸ਼ਿਸ਼ ਕਰਦੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਅਸੀਂ ਡੀਸੀ ਐਸਐਸਪੀ ਚਾਹੇ ਕੋਈ ਵੀ ਬੱਚਾ ਭਰਤੀ ਹੈ ਜੇ ਮੈਂ ਮੈਂ ਲੋਕਾਂ ਨੂੰ ਬਹੁਤ ਕਹਿਣਾ ਜੀ ਵਿੱਚ ਤੁਸੀਂ ਆਪਦੇ ਬੱਚੇ ਤੇ ਲੱਖ ਰੁਪਈਆ ਲਾਉਨੇ ਨਾ 10000 ਗਰੀਬ ਦੇ ਬੱਚੇ ਤੇ ਵੀ ਲਾ ਦਿਓ ਆਪਦੇ ਨੌਕਰ ਦੇ ਤੇ ਉਹਨੇ ਤੁਹਾਡਾ ਸਾਰਾ ਬੰਨਾ ਕੱਲ ਨੂੰ ਬਿਲਕੁਲ ਅੱਜ ਜਿਹੜੇ ਬਾਹਰੋਂ ਆਣ ਕੇ ਸਾਡੇ ਤੇ ਅਫਸਰ ਲੱਗੇ ਨੇ ਜੇ ਅਸੀਂ ਆਪਣੇ ਬੱਚਾ ਨੂੰ ਪੜਾ ਕੇ ਅਸੀਂ ਆਪਣੇ ਬੱਚੇ ਨੂੰ ਹੀ ਅਫਸਰ ਬਣਾ ਲੈ ਚਾਹੇ ਗਰੀਬ ਦਾ ਬੱਚਾ ਆ ਉਹ ਜਿਹੜਾ ਸਾਨੂੰ ਬੈਨੀਫਿਟ ਜ਼ਿਆਦਾ ਦਊਗਾ ਜਿਹੜਾ ਪੰਜਾਬ ਦਾ ਜੰਮਿਆ ਬੱਚਾ ਆ ਪੰਜਾਬ ਦੀ ਹਮੇਸ਼ਾ ਗੱਲ ਕਰੂਗਾ ਤੁਸੀਂ ਅੱਜ ਕੈਨੇਡਾ ਚਲ ਜੋ ਅਮਰੀਕਾ ਚਲ ਜੋ ਚਾਹੇ ਉੱਥੇ ਪ੍ਰਧਾਨ ਮੰਤਰੀ ਬਣ ਜਾਓ ਜਾ ਕੇ ਪਰ ਤੁਹਾਡਾ ਦਿਲ ਕਿੱਥੇ ਟੜਕੂਗਾ ਪੰਜਾਬ 'ਚ ਅੱਜ ਜਿਹੜੇ ਪਾਕਿਸਤਾਨ ਤੋਂ ਇੱਥੋਂ ਗਏ ਨੇ ਉਹਨਾਂ ਦਾ ਦਿਲ ਇੰਡੀਆ ਦੀ ਟੜਕਦਾ ਆ ਬਿਲਕੁਲ ਜਿਹੜੇ ਅੱਜ ਬਾਹਰਲੇ ਮਲਕਾਂ 'ਚ ਰਖਣਾ ਪਰਿਵਾਰ ਦਾ ਕੋਈ ਕਿੰਨੇ ਕਿੰਨੀਆਂ ਵੱਡੀਆਂ ਹਸਤੀਆਂ ਨੇ ਪਰ ਉਹਨਾਂ ਦਾ ਦੇਲਾ ਅਖੀਰ ਆਣ ਕੇ ਪੰਜਾਬ ਚ ਤੜਕਣਾ ਮਨਮੋਣ ਵਾਰਿਸ ਨੇ ਕਹਿਣਾ ਵੀ ਸੁਫਨਾ ਆਉਂਦਾ ਤਾਂ ਪਿੰਡ ਦਾ ਹੀ ਆਉਂਦਾ ਬਿਲਕੁਲ ਹੁਣ ਜਿਹੜੇ ਗਰੀਬ ਦੇ ਬੱਚੇ ਆ ਅਸੀਂ ਆਪਣੇ ਬੱਚੇ ਦੇ ਬੜ ਕਲਤੇ ਆ ਹੁਣ ਇੱਥੇ ਜਿਹੜੀ ਸਰਦਾਰੀ ਕਰਨੀ ਉਹ ਗਰੀਬ ਦੇ ਬੱਚੇ ਨੇ ਕਰਨੀ ਆਉਣ ਆਲਾ ਤੁਸੀਂ ਉਹ ਵੇਖੇ ਆ ਤੇ ਜਿਹੜੇ ਸਾਡਾ ਭਵੇਖਿਆ ਸਾਨੂੰ ਚਾਹੀਦਾ ਵੀ ਇਹ ਗਰੀਬ ਦੇ ਬੱਚੇ ਦੀ ਮਦਦ ਕਰੀਏ ਅਸੀਂ ਆਪਣੇ ਗਰੀਬਾਂ ਦੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਕੁਝ ਸੋਚੀਏ ਉਹਨਾਂ ਨੂੰ ਅਸੀਂ ਜਾ ਕੇ ਕਹਿ ਸਕਦੇ ਪੁੱਤ ਤੇਰੇ ਸਾਡਾ ਵੀ ਯੋਗਦਾਨ ਹੈ ਜੋ ਇਹ ਕੋਸ਼ਿਸ਼ ਕੀਤਾ ਹੀ ਨਾ ਹੋਊਗਾ ਸਾਡੇ ਬੱਚਾ ਨੇ ਤਾਂ ਪਤਾ ਨਹੀਂ ਕਿਸੇ ਨੇ ਭੋਗਦੇ ਵੀ ਕਿਸੇ ਦੇ ਆਉਣਾ ਕਿ ਨਹੀਂ ਆਉਣਾ ਕਿਸੇ ਦੇ ਦੁੱਖ ਸੁੱਖ ਤੇ ਆਉਣਾ ਕਿ ਨਹੀਂ ਆਉਣਾ ਗਰੀਬ ਦੇ ਬੱਚੇ ਨੇ ਤੁਹਾਡੇ ਕੋਲ ਰਹਿਣਾ ਤੇ ਤੁਹਾਡਾ ਚਾਹੀਦਾ ਜੀ ਆਪ ਦੀ ਸਾਰ ਵੀ ਉਹਨੇ ਲੈਣੀ ਹਾਂ ਉਹਨੇ ਸਾਰ ਲੈਣੀ ਆ ਤੇ ਉਹ ਸਾਡਾ ਆਉਣ ਵਾਲਾ ਭਵਿੱਖ ਗਰੀਬ ਦਾ ਬੱਚਾ ਮੇਰੀ ਇਹ ਮੰਨਣਾ ਬਿਲਕੁਲ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਬੜਾ ਪਰਸਨਲ ਜਿਹਾ ਸਵਾਲ ਹੈ ਇਹ ਬੜੀ ਚਰਚਾ ਰਹਿੰਦੀ ਹੈ ਕਿ ਮਿਸਿਸ ਸੀਐਮ ਤੁਹਾਡੇ ਰਿਸ਼ਤੇਦਾਰ ਨੇ ਇਹ ਆਮੀ ਰੋਜ਼ ਗੱਲ ਹੁੰਦੀ ਐ ਆਫ ਦਾ ਰਿਕਾਰਡ ਹੁੰਦੀ ਸਿੱਧਾ ਤਾਂ ਕੋਈ ਨਹੀਂ ਬੋਲਦਾ ਤੁਹਾਡੀ ਕੀ ਰਿਸ਼ਤੇਦਾਰੀ ਐ ਜੀ ਮੈਡਮ ਗੁਰਪ੍ਰੀਤ ਕੌਰ ਹੋਣਾ ਨਾਲ ਸਾਡੀ ਭਤੀਜੀ ਆ ਪਰ ਮੈਂ ਇੱਕ ਤਨ ਹੋਰ ਦੱਸਣਾ ਰਿਸ਼ਤੇਦਾਰੀ ਜਦੋਂ ਬੰਦੇ ਦੀ ਪੈਂਦੀ ਨਾ ਇੱਕ ਬੰਦਾ ਵੈ ਖੁੱਲਾ ਹੁੰਦਾ ਪਹਿਲਾਂ ਹਾਂ ਮੈਂ ਕੋਈ ਵੀ ਇਹੋ ਜੀ ਮੇਰੀ ਕੋਸ਼ਿਸ਼ ਨਹੀਂ ਗਲਤੀ ਨਾ ਹੋਵੇ ਬਈ ਜਿਹੜਾ ਉਸ ਕੁੜੀ ਨੂੰ ਕੋਈ ਕਵੇ ਵੀ ਤੁਹਾਡੇ ਰਿਸ਼ਤੇਦਾਰ ਨੇ ਵੀ ਤਾਂ ਕਰਕੇ ਪਠਾਨ ਮੱਜਰਾ ਸਾਹਿਬ ਨੂੰ ਐਜ ਮਿਲ ਗਿਆ ਵੀ ਇਹ ਰਿਸ਼ਤੇਦਾਰੀ ਹੈ ਮੈਂ ਕੋਈ ਵੀ ਉਹ ਜੇ ਕੰਮ ਨਹੀਂ ਕਰਦਾ ਵੀ ਉਹਦੇ ਤੇ ਕੋਈ ਵੀ ਕਿੰਤੂ ਪ੍ਰੰਤੂ ਹੋਵੇ ਤੇ ਰਿਸ਼ਤੇਦਾਰੀਆਂ ਸਾਰਿਆਂ ਦੀਆਂ ਪੈਂਦੀਆਂ ਆਪੋ ਆਪਣੇ ਤਾਂ ਤੁਹਾਨੂੰ ਐਜ ਮਿਲਦਾ ਹੈ ਬਾਕੀ ਐਮਐਲਏ ਨਾਲੋਂ ਵੀ ਇਹ ਪਠਾਨ ਮੱਜਰਾ ਸਾਹਿਬ ਰਿਸ਼ਤੇਦਾਰ ਨੇ ਇਸ ਕਰਕੇ ਇਹਨਾਂ ਦੀ ਸੀਐਮ ਆ ਉਸ ਸੈਂਟਰੀ ਵੱਧ ਹੁੰਦੀ ਹੈ ਆ ਆਪਸ ਤੇ ਮੰਨਣ ਤੇ ਆ ਅਫਸਰ ਵੀ ਮੰਨਣ ਤੇ ਆ ਲੀਡਰਾਂ ਦੇ ਵੀ ਮੰਨਣ ਤੇ ਆ ਹਰ ਇੱਕ ਦੇ ਮੰਨਣ ਤੇ ਆ ਜੇ ਤੁਸੀਂ ਚੰਗਾ ਕਰੋਗੇ ਤੇ ਚੰਗਾ ਹੀ ਹੁੰਦਾ ਜੇ ਮੈਂ ਉਹਨਾਂ ਦੇ ਨਾਂ ਨੂੰ ਮਿਸਯੂਜ਼ ਕਰੂੰਗਾ ਕਰਦਾ ਰਿਜਲਟ ਮਾੜਾ ਹੋਊਗਾ ਮੈਂ ਕਦੀ ਜਿੰਦਗੀ ਮਤਲਬ ਸੀਐਮ ਸਾਹਿਬ ਤੁਹਾਡਾ ਥੋੜਾ ਥੋੜਾ ਜਿਹਾ ਰਿਗਾਰਡ ਬਾਕੀਆਂ ਨਾਲੋਂ ਵੱਧ ਇਸ ਕਰਕੇ ਕਰਦੇ ਆ ਇਹ ਘਰੇ ਮੰਨਣੀ ਪੈਂਦੀ ਨਹੀਂ ਕਰੇ ਚਲੋ ਹਰ ਕਰੇ ਹਰ ਕਰੇ ਤੇ ਹਰ ਇੱਕ ਦੇ ਮੰਦਾ ਪਰ ਮੈਂ ਹੀ ਆਪਣੀ ਧੀ ਤੇ ਕਦੇ ਵੀ ਉਂਗਲ ਚੁੱਕਣ ਵਾਸਤੇ ਇਹੋ ਜਿਹਾ ਕੰਮ ਨਹੀਂ ਕਰਾਂਗੇ ਵੀ ਸਾਡੇ ਸਾਡੇ ਕਰਕੇ ਸੀਐਮ ਸਾਹਿਬ ਨੂੰ ਤੋਂ ਉਹਨਾਂ ਨੂੰ ਕੁਝ ਸੁਣਨਾ ਪਵੇ ਪਰ ਬਤੌਰ ਰਿਸ਼ਤੇਦਾਰ ਵੀ ਮਿਲ ਹੁੰਦਾ ਪਰਿਵਾਰਾਂ ਵਿੱਚ ਵਿਚਰਦੇ ਹਾਂ ਰਿਸ਼ਤੇਦਾਰੀਆਂ ਸਾਰਾ ਪਰਿਵਾਰ ਭਾਜੀ ਸੁਖ ਸਰੇ ਦਰ ਸਿੰਘ ਜਿਹੜੇ ਇਹਨਾਂ ਦੇ ਫਾਦਰ ਹੈ ਗੁਰਪ੍ਰੀਤ ਜੀ ਉਹ ਪੱਬੀ ਜੀ ਨਾਲ ਦੀ ਵਾਈਫ ਆ ਉਹ ਸਾਡੀਆਂ ਭਤੀਜੀਆਂ ਦੂਜੀਆਂ ਜਿਹੜੀਆਂ ਆਸਟ੍ਰੇਲੀਆ ਰਹਿੰਦੇ ਨੇ ਜੀ ਤੇ ਅਮਰੀਕਾ ਰਹਿੰਦੇ ਨੇ ਸਾਰੇ ਇੱਕ ਦੂਜੇ ਨਾਲ ਪਰਵਾਸ ਆ ਤੁਸੀਂ ਦੱਸ ਰਹੇ ਸੀ ਕਿ ਬੜਾ ਨਾਮੀ ਵੈਲ ਆਫ ਪਰਿਵਾਰ ਹੈ ਇੱਕ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਗੁਰਪ੍ਰੀਤ ਬੜੇ ਵੱਡੇ ਪਰਿਵਾਰ ਚੋਂ ਹੂੰ 2-400 ਕਿੱਲੇ ਦੇ ਮਾਲਕਾਂ ਦੀ ਧੀ ਆ ਵੀ ਜਿਹੜੇ ਗੱਲ ਕਿੰਤੂ ਪਰੰਤੂ ਕਰਦੇ ਰਹਿੰਦੇ ਵੀ ਗੁਰਪ੍ਰੀਤ ਨੇ ਸੈਂਡਲ ਮਹਿੰਗੇ ਪਾਲੇ ਉਹਨੇ ਸੋਨਾ ਪਾ ਲਿਆ ਮੈਂ ਦੱਸਣਾ ਚਾਹੁੰਨਾ ਵੀ ਗਿਣਤੀ ਦੇ ਪਰਿਵਾਰ ਆ ਜਿਹੜੇ ਇਹਨਾਂ ਦਾ ਵੀ ਪਰਿਵਾਰ ਪੰਜਾਬ ਦੇ ਜਾਂ ਹਰਿਆਣੇ ਦੇ 5-400 ਕਿੱਲੇ ਆਲਾ ਪਰਿਵਾਰ ਬਹੁਤ ਘੱਟ ਹਰਿਆਣੇ ਦੇ ਹਰਿਆਣੇ ਦੇ ਪਰਿਵਾਰ ਹਰਿਆਣੇ ਦਾ ਤੇ ਵਧੀਆ ਪਰਿਵਾਰ ਆ 100 ਕਿੱਲਾ ਪਲਾਸੇ ਦੇ ਫਾਦਰ ਕੋਲ ਜ਼ਮੀਨ ਆ ਤੇ ਭੈਣਾ ਭੈਣਾ ਤਿੰਨੇ ਤੇ ਇਹ ਵੀ ਮਾੜੇ ਘਰ ਦੀ ਨਹੀਂ ਹੈਗੀ ਵੀ ਜਿਹੜਾ ਕਿ ਦਿਮਾਗ ਚ ਲੋਕਾਂ ਦੇ ਮਹਿਮ ਉਹ ਇੱਥੇ ਆ ਕੇ ਸੈਟਲ ਪਾ ਲਏ ਇਹ ਬਚਪਨ ਤੋਂ ਹੀ ਬਚਪਨ ਤੋਂ ਹੀ ਪਰਿਵਾਰ ਹਾਂ ਬਚਪਨ ਤੋਂ ਹੀ ਇਹਨਾਂ ਨੂੰ ਲੀੜੇ ਕੱਪੜੇ ਦਾ ਸੋਨੇ ਦਾ ਸ਼ੁਰੂ ਤੋਂ ਸ਼ੌਂਕ ਆ ਏ ਵੀ ਇਹ ਪਾ ਸਕਦੇ ਨਾ ਕੋ ਅਫੋਰਡ ਕਰ ਸਕਦੇ ਆ ਇਹ ਨਹੀਂ ਵੀ ਇਹ ਸੀਐਮ ਬਣ ਕੇ ਹੀ ਇਹਨਾਂ ਨੇ ਕਰਨਾ ਸੀ ਪਹਿਲੋਂ ਵੀ ਤੇ ਇਹੋ ਕੋਈ ਪਾਉਂਦੇ ਪਰਿਵਾਰ ਪਿੱਛੇ ਤੁਸੀਂ ਜਾ ਕੇ ਵੇਖੋ ਕਿਤੇ ਤੁਹਾਡਾ ਟਾਈਮ ਲੱਗੇ ਭੇਵੇ ਜਾਓ ਲੁਧਿਆਣੇ ਨਾਲ ਬੈਠੇ ਆ ਜੀ ਤੇ ਪਰਿਵਾਰ ਚੰਗੇ ਸਾਰੇ ਸੈੱਟ ਪਰਿਵਾਰ ਆ ਪਰਮਾਤਮਾ ਦਾ ਡਰ ਖੌਫ ਪਰਮਾਤਮਾ ਨੂੰ ਬਿਨਾਂ ਤੇ ਕੁਝ ਵੀ ਨਹੀਂ ਹੋ ਸਕਦਾ ਮੇਰੀ ਮਾਂ ਮੈਂ ਬਹੁਤ ਘੱਟ ਪਾਠ ਕਰਦਾ ਆ ਪਰ ਮੇਰੀ ਮਾਂ ਬਹੁਤ ਬਾਤ ਕਰਦੀ ਮੈਂ ਜੇ ਅੱਜ ਮੈਂ ਤੁਰਾ ਫਿਰਨਾ ਕਿ ਬਾਬਾ ਬੁੱਢਾ ਜੀ ਨੂੰ ਮੰਨਦੇ ਹਾਂ ਬਾਬਾ ਬੁੱਢਾ ਜੀ ਹਮੇਸ਼ਾ ਮੇਰੇ ਦਿਲ ਚ ਰਹਿੰਦਾ ਮੈਂ ਮੈਂ ਅਰਦਾਸ ਕਰਦਾ ਸਾਰਾ ਦਿਨ ਰੱਬ ਤੋਂ ਵੀ ਮੈਂ ਕਿਸੇ ਦਾ ਦਿਲ ਨਾ ਲਖਾਵਾਂ ਬਈ ਮੈਂ ਆਪਦੇ ਬੇਟੇ ਨੂੰ ਜਦੋਂ ਮੇਰਾ ਬੇਟਾ ਪੜ ਕੇ ਆਇਆ ਪਹਿਲੋ ਸਿੱਧੀਆਂ ਪੜਿਆ ਫਿਰ ਉਹ ਕੈਨੇਡਾ ਪੜ ਕੇ ਆਇਆ ਮੈਂ ਇੱਕੋ ਗੱਲ ਆਖੀ ਮੈਂ ਪੁੱਤ ਇੱਕ ਦਿਨ ਜ਼ਿੰਦਗੀ ਚ ਕਿਸੇ ਤੋਂ ਪੈਸਾ ਨਹੀਂ ਲੈਣਾ ਇਹ ਆਪਦੇ ਦਿਮਾਗ ਚ ਰੱਖ ਇੱਕ ਕਿਸੇ ਅਫਸਰ ਤੋਂ ਕਦੀ ਪੈਸਾ ਨਹੀਂ ਲੈਣਾ ਜਿਹੜੇ ਅਫਸਰ ਆ ਜਦੋਂ ਤੁਸੀਂ ਅਫਸਰਾਂ ਤੋਂ ਪੈਸੇ ਲੈ ਕੇ ਲਾਉਣ ਲੱਗ ਪੈਨੇ ਹੋ ਅਫਸਰਾਂ ਨੂੰ ਫਿਰ ਅਫਸਰ ਤੁਹਾਡਾ ਡਰਾ ਖਤਮ ਹੋ ਜਾਂਦਾ ਮੈਂ ਨੇਮ ਕਰਕੇ ਕਹਿ ਸਕਦਾ ਵੀ ਇੱਕ ਵੀ ਅਫਸਰ ਉੱਠ ਕੇ ਕਵੇ ਵੀ ਮੈਨੂੰ ਇਹਨੇ ਲਾਇਆ ਪਠਾਨ ਮਜਰੇ ਨੇ ਤੇ ਮੇਰੇ ਤੋਂ ਇਹਨੇ ਮਹੀਨਾ ਲਿਆ ਵੀ ਐਸ ਐਚਓ ਕਵੇ ਕਿ ਥਾਮ ਮਜਰਾ ਸਾਹਿਬ 3 ਲੱਖ 4 ਲੱਖ ਜਾਂਦਾ ਇਹ ਹੈ ਨਹੀਂ ਕੰਮ ਪਟਵਾਰੀ ਤਹਿਸੀਲਦਾਰ ਵੀਡੀਓ ਪਟਵਾਰੀ ਤਹਿਸੀਲਦਾਰ ਐਸ ਡੀ ਐਮ ਮੈਂ ਤੁਹਾਨੂੰ ਦੱਸਦਾ ਸਾਡੇ ਕਿਰਪਾਲ ਵੀਰ ਐਸ ਡੀ ਐਮ ਸੀ ਉਹਨੂੰ ਕੋਈ ਹੋਰ ਵਗਵਾ ਗਾਰ ਪਈ ਦਿਓ ਮੈਨੂੰ ਇਹਨਾਂ ਲਈ ਭਾਜੀ ਮੈਨੂੰ ਕਿਤੋਂ ਕਹਿੰਿਆ ਦੇ ਤਾਂ ਪਠਾਨ ਮੱਜਰਾ ਸਾਹਿਬ ਇਹ ਚਰਚੇ ਆ ਵੀ ਰੇੜੀ ਲਾਉਣ ਦਾ ਵੀ ਰੋਜ਼ ਦਾ 2-300 ਉਹਨਾਂ ਦੀ ਮਰਜ਼ੀ ਆ ਫਿਰ ਫਿਰ ਦੱਸਾਂ ਜੀ ਫਿਰ ਫਿਰ ਸੀਐਮ ਸਾਹਿਬ ਦਾ ਕਸੂਰ ਕੱਢਦੇ ਫਿਰ ਕਸੂਰ ਕੱਢਦੇ ਸਾਡੀ ਸਰਕਾਰ ਸੁਣੀ ਨਹੀਂ ਜਾਂਦੀ ਹੁਣ ਜਦੋਂ ਅਸੀਂ ਆਪਣੀ ਨੀਤ ਮਾੜੀ ਕਰ ਲੈਣੀ ਆ ਫਿਰ ਸਰਕਾਰ ਨੂੰ ਪਤਾ ਲੱਗ ਜਾਂਦਾ ਡੀਸੀ ਦਾ ਦੱਸ ਦਿੰਦੇ ਐਸਐਸਪੀ ਦਾ ਦੱਸ ਦਿੰਦੇ ਜੀ ਇਹਦੀ ਆ ਲੱਚਣਾਂ ਆ ਫਿਰ ਉਹ ਸਰਕਾਰ ਉਹਦੇ ਹਿਸਾਬ ਨਾਲ ਹੱਥ ਘੁੱਟਣ ਲੱਗ ਪੈਂਦੀ ਆ ਸੋ ਅਸੀਂ ਉਸੇ ਸਰਕਾਰ ਦੇ ਹਿੱਸੇ ਉਹਦੀ ਸਰਕਾਰ ਦੇ ਕਿਹ ਕਾਰਾ ਵੀ ਹੋਇਆ ਨਾ ਕਿ ਕਿਸੇ ਮਹਿਲਾ ਪ੍ਰਧਾਨ ਨੂੰ ਮੱਛੀ ਨਹੀਂ ਮਿਲੀ ਤੇ ਉਹਨੇ ਬਾਅਦ ਮੱਛੀ ਵਾਲੀ ਮਾਰਕੀਟ ਹੀ ਚਕਾਤੀ ਇਹੋ ਜਿਹੀਆਂ ਚਰਚਾਵਾਂ ਹੋਈਆਂ ਸੁਣੀ ਹੈ ਜੀ ਜਿਹੜਾ ਗਰੀਬ ਆ ਨਾ ਜੀ ਅੱਜ ਗਰੀਬ ਨੇ ਹੀ ਸਾਡੀ ਸਰਕਾਰ ਬਣਾਈਆਂ ਅੱਜ ਸਾਦਗੀ ਨੇ ਸਾਡੀ ਸਰਕਾਰ ਬਣਾਈਆਂ ਸਾਡਾ ਫਰਜ਼ ਬਣਦਾ ਗਰੀਬ ਦੀ ਪਿੱਠ ਦੇ ਹਮੇਸ਼ਾ ਖੜੀਏ ਤਸਾਲ ਕੀ ਚੱਲੀਏ ਉਹ ਜ਼ਿੰਦਗੀ ਜ ਤੁਹਾਡੇ ਸਾਰੀ ਉਮਰ ਸੀਐਮ ਸਾਹਿਬ ਹਜੇ ਵੀ ਡਾਊਨ ਟੂ ਅਰਥ ਨੇ ਬਿਲਕੁਲ ਜੀ ਮੈਂ ਤਾਂ ਦੱਸਦਾ ਜੀ ਜੋ ਅੱਜ ਪੰਜਾਬ ਦੇ ਸਿਸਟਮ ਆ ਗਰੀਬ ਕੋ ਚੱਲ ਜੋ ਬੀਰਕੋ ਚੱਲ ਜੋ ਉਹ ਹਰ ਇੱਕ ਹੀ ਬੰਦਾ ਨਾ ਮਾਨ ਸਾਹਿਬ ਦੇ ਨਾਂ ਤੇ ਹੀ ਹੁਣ ਜਲੰਧਰ ਜਿੱਤ ਕੇ ਆਏ ਆ ਲੋਕਾਂ ਨੇ ਵੇਖੋ ਇੱਕ 14000 ਵੋਟ ਤੇ 55000 ਵੋਟ ਕਿੰਨੇ ਚਿਰ ਅੱਜ ਤਬਦੀਲ ਹੋਈ ਆ 25-28 ਦਿਨਾਂ ਦਾ ਬਹੁਤ ਵੱਡੇ ਫਰਕ ਆ ਬੜੇ ਵੱਡੇ ਫਰਕ ਆ ਇਕੱਲੀ ਦਲ ਨੂੰ ਤਾਂ 1200 ਵੋਟ ਪਈ ਸਰ 1247 ਵੋਟਾਂ ਰਹਿ ਗਈਆਂ ਹੁਣ ਨੀਡ ਟੂ ਸ਼ਟਰ ਨਾਲ ਵਾਲਾ ਕੰਮ ਬਣ ਗਿਆ ਠੀਕ ਹੈ ਨਹੀਂ ਉਹ ਉਹਦੀ ਰੇਸ਼ਿਓ ਵਾਲਿਆ ਸਿਸਟਮ ਚ ਆ ਗਿਆ ਕੱਲ ਇਧਰ ਹਣਾ ਉਹ ਫਿਰ ਉਹਦਾ ਵੀ ਦੁੱਖ ਆਉਂਦਾ ਤੇ ਦੂਸਰਾ ਨੰਬਰ ਅੱਜ ਜੇ ਕੋਈ ਜਿੱਤੇ ਆ ਜੀ ਸੰਦੀਪ ਪਾਟਕੀ ਜੀ ਦਾ ਵੀ ਬੜਾ ਵਧੀਆ ਪਰ ਜਿਹੜਾ ਨਾਂ ਆ ਪੰਜਾਬ ਚ ਉਹ ਸਰਦਾਰ ਭਗਵੰਤ ਸਿੰਘ ਮਾਨ ਦਾ ਕੇਜਰੀਵਾਲ ਸਾਹਿਬ ਨੂੰ ਵੀ ਲੋਕ ਲਾਈਕ ਕਰਦੇ ਪਰ ਜਿਹੜਾ ਜਿੱਥੋਂ ਜਿੱਤਣਾ ਨਹੀਂ ਕਿਸੇ ਏਰੀਆ ਨੂੰ ਜ਼ਿਆਦਾ ਲੋਕ ਚਾਹੁੰਦੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਲੋਕ ਦਿਲੋਂ ਪਿਆਰ ਕਰਦੇ ਆ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਉਮੀਦ ਕਰਦੇ ਹਾਂ ਜੇ ਚੰਗੇ ਕੰਮ ਕਰੋਗੇ ਤਾਂ ਲੋਕ ਦੁਬਾਰਾ ਚੁਣਨਗੇ ਬਿਲਕੁਲ ਜੀ ਬਿਲਕੁਲ ਤੁਹਾਡੇ ਹਲਕੇ ਦੇ ਲੋਕ ਵੱਧ ਜਾਣਦੇ ਐ ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਉਸ ਪਰਮਾਤਮਾ ਦੇ ਭੈ ਖੋਫ ਚ ਰਹਿ ਕੇ ਇਹ ਸੇਵਾ ਮਿਲੀ ਐ ਤਾਂ ਮੇਰੇ ਖਿਆਲ ਮੈਨੂੰ ਇਹ ਲੱਗਦਾ ਕਿ ਐਮ ਐਲ ਏ ਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਕਿ ਪੁਸ਼ਤਾ ਯਾਦ ਰੱਖਣ ਕਿ ਕੋਈ ਆਇਆ ਸੀ ਬੰਦਾ ਔਰ ਸਾਡੇ ਹਲਕੇ 'ਚ ਇਹ ਕਰ ਗਿਆ ਇਤਲੇ ਹੋਊਗਾ ਤੁਸੀਂ ਕਿਤੇ ਸਾਡੇ ਹਲਕੇ ਦਾ ਵੀ ਟਾਈਮ ਕੱਢਿਓ ਤੁਹਾਨੂੰ ਮੈਂ ਖਮਾਉਂਗਾ ਆਪਣੇ ਹਲਕੇ 'ਚ ਜਿਹੜਾ ਚੇਂਜ ਹੋਊਗਾ ਫਿਰ ਤੁਹਾਨੂੰ ਦੱਸਾਂਗੇ ਕਿ ਪਰਕਾ ਪਬਲਿਕ ਨੇ ਪੁੱਛਿਆ ਤੁਸੀਂ ਫਿਰ ਸਵਾਲ ਹਾਂ ਬਹੁਤ ਧੰਨਵਾਦ ਪਠਾਨ ਮਜਰਾ ਸਾਹਿਬ ਇਸ ਸਪੈਸ਼ਲ ਕੁਸਚਨ ਲਈ ਜਾਸਬ ਦੀ ਹੁਤਾਨਦਾਰ